ਅਸਲਾਮ ਵਾਲੇਕਮ। ਸਿਆਣੇ ਕਹਿੰਦੇ ਆ ਬੰਦਾ ਜੇ ਬੇਲੋਸ ਹੋ ਜਾਵੇ ਨਾ ਫਿਰ ਲੋਸ ਕੋਈ ਨਹੀਂ ਹੁੰਦਾ। ਵੀ ਅਸੀਂ ਇਸ ਟਾਈਮ ਖਲੋਤੇ ਹਾਂ ਸਲੂਣੀ ਚਾਲ ਆ, ਜ਼ਿਲ੍ਹਾ ਲੈਲਪੁਰ ਦੀ ਬੜੀ ਵੱਡੀ ਨਹਿਰ ਆ, ਇਹ ਖਾਨਕੀ ਦੇ ਵਿੱਚੋਂ ਲੋਅਰ ਚਨਾਬ ਨਿਕਲਦੀ ਆ। ਲੋਅਰ ਚਨਾਬ 'ਚੋਂ ਅੱਗੇ ਵੱਡੀਆਂ ਤਿੰਨ ਨਹਿਰਾਂ ਨਿਕਲਦੀਆਂ, ਰੱਖ ਬ੍ਰਾਂਚ, ਗੁਗੇਰਾ ਬ੍ਰਾਂਚ ਅਤੇ ਝੰਗ ਬ੍ਰਾਂਚ, ਤਿੰਨ ਨਹਿਰਾਂ। ਇਹ ਜਿਹੜੀ ਨਹਿਰ ਆ ਇਹ ਹੈਗੀ ਗੁਗੇਰਾ ਬ੍ਰਾਂਚ, ਇਹ ਸਾਡੇ ਇੱਥੇ ਲੈਲਪੁਰ ਦੇ ਵਿੱਚੋਂ ਲੰਘਦੀ ਸਲੂਣੀ ਚਾਲ ਤੋਂ। ਤਾਂ ਇੱਥੇ ਅਸੀਂ ਆਏ ਸੀ ਜਿੱਦਾਂ ਤੁਹਾਨੂੰ ਅੱਗੇ ਦੱਸਿਆ ਵੀ ਉਹ ਚਿੱਕਾ ਲੈਣੀਆਂ ਸੀ ਘੋੜੀ ਦੇ ਕੋਠੇ ਦੇ ਪਰਦੇ ਕਰਨੇ ਠੰਡ ਤੋਂ, ਅਤੇ ਚਿੱਕਾ ਤਾਂ ਇੱਥੇ ਬਣਦੀਆਂ ਨਹੀਂ ਪਰ ਇੱਥੇ ਸਫਾਂ ਬਣ ਰਹੀਆਂ। ਹੋਰ ਜੀ ਕੀ ਹਾਲ ਚਾਲ? ਤੁਹਾਡੇ ਫਾਲੋਅਰ ਜੀ? ਨਹੀਂ ਨਹੀਂ ਤੁਸੀਂ ਭਾਈ ਹੈ ਛੋਟੇ ਜੀ। ਹਾਂਜੀ ਸਲਾਮ ਬਣਾਏ ਸਾਡੇ ਕੋਲ ਜੀ। ਹਾਂ ਚਲੋ ਆ ਜਾਓ ਕਿਸੇ ਦਿਨ, ਤੁਹਾਡਾ ਆਪਣਾ ਘਰ ਆ ਜੀ। ਅੱਜ ਘਰ ਆਏ ਨੇ, ਇੱਥੇ ਮਿਲ ਲਓ। ਨਹੀਂ ਇੱਥੇ ਵੀ ਮਿਲੋ, ਉੱਥੇ ਵੀ ਆ ਜਾਓ ਜਦੋਂ ਦਿਲ ਕਰੇ ਆ ਜਾਓ। ਹੈ ਚਲੋ ਜੂੰਦੇ ਵਸਦੇ ਰਹੋ, ਤੁਸੀਂ ਹੁਣ ਸਕੂਲੋਂ ਆਏ? ਅੱਛਾ ਚਲੋ ਜਾ ਕੇ ਰੋਟੀ ਰੁਟੀ ਖਾਓ ਫਿਰ। ਨਹੀਂ ਅਸੀਂ ਤਾਂ ਹੁਣੇ ਅਸੀਂ ਚੱਲੇ ਸੀ ਕੰਮ ਕੀਤੇ, ਫਿਰ ਆਵਾਂਗੇ। ਤੁਸੀਂ ਲਾ ਲਿਓ ਗੇੜਾ ਜਦੋਂ ਮਰਜ਼ੀ, ਘਰ ਦੱਸ ਕੇ ਆਇਓ। ਹੈ ਅਸਲਾਮ ਵਾਲੇਕੁਮ। ਅਸੀਂ ਘਰੋਂ ਨਿਕਲੇ, ਤੁਹਾਨੂੰ ਦੱਸਿਆ ਅਸੀਂ ਚੀਕਾਂ ਲੈਣ ਵਾਸਤੇ। ਇੱਥੇ ਸਲੂਣੀ ਚਾਲ ਆ, ਵੱਡੀ ਨਹਿਰ ਆ, ਉਹ ਵੀ ਤੁਹਾਨੂੰ ਦਿਖਾਉਂਦੇ। ਨਹਿਰ ਦੇ ਲਾਗੇ ਇੱਥੇ ਖਜੂਰ ਦੇ ਪੱਤੇ ਪੁੱਤੇ ਦੇਖੇ, ਅਤੇ ਦੇਖਿਆ ਅੱਗੇ ਸਫਾਂ ਬਣਦੀਆਂ, ਸਫਾਂ ਬਣਦੀਆਂ ਤੁਹਾਨੂੰ ਵਿਖਾਉਂਦੇ ਆ, ਨਾਲ ਦੇ ਨਾਲ ਗੱਲਬਾਤ ਕਰਦੇ ਹਾਂ। ਮੇਰਾ ਸੰਘ ਬੈਠਿਆ, ਖੰਘ ਹੋਈ ਹੈ, ਤਾਪ ਚੜਿਆ। ਰਾਣਾ ਸਾਹਿਬ ਤੁਸੀਂ ਕਰੋ ਗੱਲ। ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ, ਕੀ ਹਾਲ ਆ? ਠੀਕ ਠਾਕ। ਕੀ ਨਾਮ ਹੈ ਭਾਈ ਸਾਹਿਬ ਆਪਣਾ? ਮੁਹੰਮਦ ਅਮੀਨ ਜੀ। ਮੁਹੰਮਦ ਅਮੀਨ ਸਾਹਿਬ, ਲਓ ਜੀ ਅਸੀਂ ਆਏ ਤਾਂ ਸੀ ਚਿੱਕਾਂ ਲੈਣ ਉਕਾਨੇ ਵਾਲੀਆਂ, ਤੇ ਇੱਥੇ ਦੇਖਿਆ ਕਿ ਇਹਨਾਂ ਜਿਹੜੀਆਂ ਸਫਾਂ ਬਣ ਰਹੀਆਂ ਵਾ, ਇਹ ਵੀ ਯਾਨੀ ਕਿ ਬੜਾ ਪੁਰਾਣਾ ਅਕਾਦਮੀ ਸਿਸਟਮ ਆ। ਪਹਿਲੇ ਕਿਸੇ ਦੌਰ 'ਚ ਕੋਈ ਜਿਹੜਾ ਬੰਦਾ ਇਸ ਟਾਈਮ 70 ਕੁ ਸਾਲ ਦਾ ਹੋਏਗਾ ਉਹਨੂੰ ਯਾਦ ਹੋਏਗਾ ਕਿ ਜਲਾਇਆਂ ਦੀ ਨਾ ਤਾਣੀ ਹੁੰਦੀ ਸੀ ਅਤੇ ਉਹ ਇਸ ਤਰ੍ਹਾਂ ਕਰਕੇ ਪਿੜਦੇ ਸੀ, ਲੇਕਿਨ ਉਹ ਹੁਣ ਤਾਂ ਸਾਨੂੰ ਨੇੜੇ ਨੇੜੇ ਪਿੰਡਾਂ 'ਚੋਂ ਕਿਤੇ ਲੱਭਦੀ ਨਹੀਂ, ਲੇਕਿਨ ਆਹ ਇੱਕ ਸਿਸਟਮ ਸਾਨੂੰ ਨਜ਼ਰ ਆਇਆ ਉਹਦੇ ਤੋਂ ਰਲਦਾ ਮਿਲਦਾ, ਅਸੀਂ ਕਿਹਾ ਚਲੋ ਭਾਈਆਂ ਨੂੰ ਨਾ ਉਹ ਦਿਖਾਉਂਦੇ ਹਾਂ। ਅੱਛਾ ਜੀ, ਇਹ ਜਿਹੜੀ ਆ ਮੇਰੇ ਖਿਆਲ ਡਿੱਬ ਆ ਨਾ, ਇਹ ਡਿੱਬ? ਹਾਂ, ਇਹ ਖਜੂਰ ਨਹੀਂ ਹੈ, ਖਜੂਰ ਨਹੀਂ ਹੈ, ਡਿੱਬ ਆ, ਡਿੱਬ ਆ। ਅਤੇ ਇਹ ਡਿੱਬ ਕਿੱਥੋਂ ਲਿਆਉਂਦੇ ਹਾਂ ਜੀ? ਇਹ ਪੱਖਰ ਤੋਂ ਜੀ। ਪੱਖਰ ਤੋਂ ਲਿਆਉਂਦੇ ਹਾਂ ਜੀ। ਅੱਛਾ, ਅਤੇ ਆਹ ਜਿਹੜੇ ਧਾਗ ਕਿੰਨੇ ਚੌੜੀ ਬਣਾਉਂਦੇ ਆ ਤੁਸੀਂ? 4 ਫੁੱਟ ਚੌੜੀ। 4 ਫੁੱਟ ਚੌੜੀ ਅਤੇ ਲੰਬੀ ਜਿਹੜੀ ਆ? ਲੰਬੀ ਜਿੰਨੀ ਕੋਈ ਕਵੇ। ਲੰਬੀ ਜਿੰਨੀ ਕੋਈ ਕਵੇ। ਅਤੇ ਸਾਈਡਾਂ 'ਤੇ ਤੁਸੀਂ ਬਾਂਸ ਲਾਏ ਆ ਅਤੇ ਵੇਚਾਂ ਫੱਟੀਆਂ ਵਾ ਜਿਹੜੀਆਂ ਵਾ? ਹਾਂਜੀ, ਉਹਨਾਂ ਤਾਣਾ ਖਿੱਚਿਆ ਜਾਂਦਾ ਜੀ। ਅੱਛਾ, ਇਹਨਾਂ ਨਾਲ ਯਾਨੀ ਕਿ ਇਹਦਾ ਮਤਲਬ, ਅਤੇ ਇਹ ਕਿੰਨਾ ਯਾਨੀ ਕਿ ਜਿਹੜਾ ਤਾਣਾ ਜਿਹੜਾ 4 ਫੁੱਟ ਦਾ, ਇਹਦੇ 'ਚ ਕਿੰਨੇ ਧਾਗੇ ਹੁੰਦੇ ਤਕਰੀਬਨ? 43-44 ਧਾਗੇ। 43-44 ਧਾਗੇ ਹੁੰਦੇ ਆ, ਅਤੇ ਇਹ ਫੁੱਟਾਂ ਦੇ ਹਿਸਾਬ ਸਿਰ ਦਿੰਦੇ ਆ ਜੀ? ਫੁੱਟਾਂ ਦੇ ਹਿਸਾਬ। ਕਿੰਨੇ ਰੁਪਏ ਫੁੱਟ ਦੇ ਹਿਸਾਬ ਨਾਲ ਦਿੰਦੇ ਆ? 100 ਰੁਪਏ ਫੁੱਟ ਦਿੰਦੇ। 100 ਰੁਪਇਆ ਫੁੱਟ, ਅਗਰ ਯਾਨੀ ਕਿ 10 ਫੁੱਟ ਦੀ ਹੈ ਤਾਂ ਉਹਦਾ 1000 ਰੁਪਇਆ ਹੋਏਗਾ, ਅਗਰ 20 ਫੁੱਟ ਦੀ ਆ ਤਾਂ ਉਸਦਾ 2000 ਹੋਏਗਾ। ਇਹ ਪੱਤੇ ਕਿੱਥੋਂ ਲੈ ਕੇ ਆਉਂਦੇ? ਇਹ ਪੱਖਰ ਤੋਂ। ਬਾਰਾਂ ਤੋਂ 1300 ਰੁਪਏ ਦੀ ਡਿੱਬ ਦੀ ਭਰੀ ਇੱਕ ਆਉਂਦੀ। ਅੱਛਾ, ਡਿੱਬ ਦੀ ਇੱਕ ਭਰੀ ਜਿਹੜੀ ਆ 12
ਤੇਰਾਂ ਸੌ ਦੀ ਉਹ ਮਰੀਜ਼ ਮਹਿੰਗੀ ਹੋ ਜਾਊਗੀ ਸਰਦੀ ਆ ਗਈ ਆ ਇੱਕ ਪਰ ਇਹ ਚ ਕਿੰਨੀ ਹੁੰਦੀ ਆ ਡੇਬ ਦੋ ਸਫਾ ਬਣਦੀ 2 ਸਫਾ ਨਿਕਲਦੀਆਂ ਵਾ 15-15 ਫੁੱਟ ਵਾਲੀਆਂ 600 ਦੀ ਡੇਬ 200 ਦਾ ਧਾਗਾ 800 ਰੁਪਇਆ ਖਰਚਾ ਆ ਗਿਆ ਤੇ ਬਾਕੀ ਆਪਣੀ ਤੁਹਾਨੂੰ ਬਚਤ ਮਜ਼ਦੂਰੀ ਆ ਜਿਹੜੀ ਆ ਬਾਕੀ ਮਜ਼ਦੂਰੀ ਸਾਰਾ ਦਿਨ ਦੋ ਬੰਦੇ ਹੋਣ ਤੇ ਇੱਕ ਸਾਹ ਬਣ ਜਾਂਦੀ ਅੱਛਾ ਤੇ ਜੇ ਇੱਕ ਬੰਦਾ ਹੋ
ਅਸੀਂ ਤਾਂ ਤਵੀਆਂ ਤਵੀ ਤੇ ਰੋਟੀਆਂ ਪਕਾਉਂਦੇ ਰਹੇ ਭਾਈ, ਫਿਰ ਉਹ ਬਹੁਤ ਸਾਰੀਆਂ ਜੀ ਉਹ ਫਿਰ ਟਰੱਕਾਂ ਦੇ ਕਿਰਾਏ ਅਖਰਾਜਾਤ ਜਿਹਨਾਂ ਵੱਢਣੀਆਂ ਉੱਥੇ ਠੇਕੇ ਸੌ ਮਸਾਇਲ ਪਿੱਛੇ ਸਾਡੇ ਤੇ ਬਹੁਤ ਹੁੰਦੀ ਸੀ ਉੱਥੇ ਪਹਿਲੇ ਦਰਿਆ ਦੇ ਕੰਢੇ ਤੇ ਨਾ, ਤੇ ਅਸੀਂ ਤਾਂ ਇਹ ਬਾਲਣ ਤਵੀ ਦਾ ਜਿਹੜਾ ਇਸਤੇਮਾਲ ਕਰਦੇ ਇਦਾਂ ਕਰਦੇ ਇਦਾਂ ਕਰਦੇ, ਇਹ ਹੁਣ ਤਾਂ ਬੜੀ ਯਾਨੀ ਕਿ ਕੰਮਕਾਰ ਵਾਲੀ ਜਿਹੜੀ ਹੈ ਨਾ ਚੀਜ਼ ਇਹ ਬਣ ਗਈ ਆ। ਜੋ ਭਾਈ ਤੋਂ ਪੁੱਛਦੇ ਆ ਸਟਾਕ ਸਟੂ, ਬਜ਼ੁਰਗ ਕਿਹੜੇ ਜ਼ਿਲ੍ਹੇ ਚ ਆਏ? ਜ਼ਿਲ੍ਹਾ ਜਲੰਧਰ। ਪਿੰਡ ਕਿਹੜਾ? ਜ਼ਿਲ੍ਹਾ ਜਲੰਧਰ, ਤਹਿਸੀਲ ਭਲੱਥ। ਤਹਿਸੀਲ ਭਲੱਥ, ਪਿੰਡ ਜੱਗਾਂ। ਪਿੰਡ ਜੱਗ ਹੱਦਬਸਤ 82। ਅੱਛਾ ਅੱਛਾ, ਪਿੰਡ ਜੱਗ ਹੱਦਬਸਤ 82, ਇਹ ਸਾਡਾ ਐਡਰੈਸ ਹੈ ਪਿਛਲਾ ਇੰਡੀਆ ਦਾ। ਵਾਹ ਵਾਹ, ਤਾਂ ਕਿ ਜਿਹੜੇ ਭਾਈਆਂ ਨੂੰ ਕੋਈ ਨਾ ਕੋਈ ਜਿਹੜਾ ਇਹ ਇੱਥੇ ਇੱਥੇ ਕਿਹੜਾ ਪਿੰਡ ਆ? ਇੱਥੇ 527। ਉਹਦਾ ਨਾਂ ਕੀ? ਸਿੱਧਮਪੁਰਾ। ਸਿੱਧਮਪੁਰੇ ਨਾਂ ਤੋਂ ਲੋਕ ਘੱਟ ਜਾਣਦੇ ਆ, 527 ਤੋਂ ਬਹੁਤ ਸਲੂਣੀ ਚਾਲ ਤੋਂ ਬਹੁਤ ਜਾਣਦੇ। ਸਲੂਣੀ ਚਾਲ ਦੇ ਲੱਗ ਗਈ ਇਹ ਸਲੂਣੀ ਚਾਲ ਤੇ ਬੈਠੇ ਆ, ਆ ਨਾਲ ਪਿੰਡ ਆ। ਕਿੰਨੇ ਘਰ ਹੋਣੇ ਸਿੱਖਾਂ ਦੇ? ਸੁਣਿਆ ਹੋਵੇ ਬਜ਼ੁਰਗਾਂ ਕੋਲੋਂ। ਅਸੀਂ ਵੀ ਫਿਰਦੇ ਫਿਰਦੇ ਆਏ ਆ ਇੰਡੀਆ ਦੇ ਵਿੱਚ। ਪਹਿਲੇ ਮੰਡੀ ਬਾਰਬਟ ਆਏ ਸਾਡੇ ਵੱਡੇ। ਅੱਛਾ, ਮੰਡੀ ਬਾਰਬਟ ਤੋਂ ਫਿਰ ਜੜਾਂ ਵਾਲੇ ਆਏ। ਅੱਛਾ, ਤਕਰੀਬਨ 15-16 ਘਰ ਕੰਮ ਕਰਦੇ, ਛੁੱਟੀਆਂ ਔਰਤਾਂ ਵੀ ਬੱਚੇ ਵੀ ਸਾਰੀ ਫੈਮਿਲੀ ਤੌਰ ਤੇ ਕੰਮ ਹੁੰਦਾ। ਰਾਣਾ ਸਾਹਿਬ ਨੂੰ ਦੇਖੀਏ, ਮਜ਼ਦੂਰੀ ਤੋਂ ਕੁਛ ਵੀ ਨਹੀਂ ਬਚਦਾ, ਸਿਰਫ ਸਾਡੀ ਬੱਚਤ ਕੀ ਆ ਕਿ ਸਾਡੀਆਂ ਔਰਤਾਂ ਬੱਚੇ ਘਰ ਬੈਠੇ ਕੰਮ ਕਰਦੇ। ਦੋ ਹੁੰਦਾ ਜੀ, ਕੰਮ ਲੱਭਣ ਬਾਹਰ ਨਹੀਂ ਜਾਣਾ ਪੈਂਦਾ ਘਰ ਕੰਮ, ਕਿਉਂਕਿ ਬਾਹਰ ਦਾ ਕੰਮ 1000 ਰੁਪਏ ਦਾ ਵੀ ਆ ਨਾ ਜਿਹੜਾ। ਬਿਜ਼ਨਸ ਹੈ ਨਹੀਂ ਗਾ ਤੇ ਰੋਟੀ ਮੁੱਕਦੀ, ਬਿਜ਼ਨਸ ਨਹੀਂ ਹੈ। ਤੈਨੂੰ ਕੀ ਤਕਲੀਫ ਆ? ਸਾਰੇ ਅਲੱਗ ਅਲੱਗ ਹੋ ਜਾਣਗੇ, ਕਿਉਂਕਿ ਕੱਲਾ ਕੱਲਾ ਕਰਨਾ ਵਾ,
ਯਾਨੀ ਦੋ ਦੋ ਜਿਹੜੇ ਨਾ ਲਗਾ ਕੇ ਤੇ ਫਿਰ ਕੱਲਾ ਕੱਲਾ ਯਾਨੀ ਕਿ ਤੁਸੀਂ ਜੋੜਾ ਪਾਉਂਦੇ ਆ ਇੱਕ ਅੱਗੇ ਕਰ ਦਿੰਦੇ ਆ ਤੇ ਇੱਕ ਪਿੱਛੇ ਜਿਹੜਾ ਵਾ ਨਾ ਕਰ ਦਿੰਦੇ ਆ ਆ ਦੇ ਤੇ ਆ ਹੁਣ ਇੱਕ ਆ ਗਿਆ ਆ ਲੱਕੜੀ ਕਿਸ ਚੀਜ਼ ਦੀ ਆ ਇਹ ਲੱਕੜੀ ਤਾਂ ਕੋਈ ਵੀ ਲੱਗ ਜਾਏ ਅੱਛਾ ਕੋਈ ਵੀ ਲੱਗਦੀ ਦੀ ਅੱਛਾ ਇਹ ਕੋਈ ਜ਼ਰੂਰੀ ਨਹੀਂ ਹੈ ਕੋਈ ਜ਼ਰੂਰੀ ਨਹੀਂ ਕਿਸੇ ਚੀਜ਼ ਦਾ ਐਸਾ ਨਹੀਂ ਹੈ ਅੱਛਾ ਇਹਦੇ ਵਿੱਚ ਤਾਂ ਸੁਰਾਖ ਦੀ ਸਮਝ ਆਉਂਦੀ ਆ ਵੀ ਆਹ ਤੁਹਾਡਾ ਹੈ ਇਹਦੇ 'ਚ ਵੀ ਸੁਰਾਖ ਆ ਇਹਦੇ ਸੁਰਾਖ ਜ਼ਰੂਰਤ ਨਾਲ ਬਣਾਇਆ ਸੀ ਟੁੱਟ ਗਿਆ ਫਿਰ ਥੱਲੇ ਘੋੜੀ ਦੀ ਤਰ੍ਹਾਂ ਜਿੱਦਾਂ ਜਿਹੜਾ ਵੀ ਘੋੜੀ ਹੁੰਦੀ ਸੀ ਇੱਥੇ ਵੈਸੇ ਦੂਸਰੀ ਵੀ ਆ ਸਕਦੀ ਸੀ ਲੱਕੜ ਇਹ ਹੈ ਤੇ ਇਹ ਤੁਹਾਡੀ ਯਾਨੀ ਕਿ ਠੁਕਾਈ ਵਾਲੀ ਜਿਹੜੀ ਹੈ ਨਾ ਲਓ ਆਹ ਤਰੀਕਾ ਵਾ ਯਾਨੀ ਕਿ ਇਹਨੂੰ ਨਾ ਬੈਲੈਂਸ ਇਹਦਾ ਨਾਮ ਕੀ ਹੈ ਜੀ ਇਸ ਚਾ ਇਹਨੂੰ ਹੱਥਾ ਬੋਲੀਦਾ ਜੀ ਹੱਥਾ ਤੇ ਉਹਦਾ ਕੀ ਨਾਮ ਉਹਨੂੰ ਘੋੜੀ ਬੋਲਦੇ ਆ ਘੋੜੀ ਤੇ ਸਾਈਡਾਂ ਤੇ ਬਾਂਸ ਆ ਹਾਂ ਇਹਨੂੰ ਲਾਠੀਆਂ ਲਾਠੀਆਂ ਦੋ ਲਾਠੀਆਂ ਇੱਕ ਹੱਥਾ ਤੇ ਇੱਕ ਘੋੜੀ ਹੈ ਦੋ ਆ ਤਾਣੇ ਇਹ ਤਾਣਾ ਤੇ ਚਾਰ ਕਿੱਲੇ ਦੋ ਸ਼ਿਕੰਜੇ ਹਾਂ ਚਾਰ ਕਿੱਲੇ ਦੋ ਸ਼ਿਕੰਜੇ ਤੇ ਦੋ ਜਿਹੜਾ ਵਾ ਚਾਰ ਹੀ ਰਸ ਲਾਠੀਆਂ ਹਾਂ ਤੇ ਚਾਰ ਹੀ ਕਿੱਲੇ ਚਾਰ ਹੀ ਕਿੱਲੇ ਇਹ ਯਾਨੀ ਕਿ ਸਿਸਟਮ ਆ ਇਹ ਸਿਸਟਮ ਤੇ ਇਹ 34-35 ਘੰਟਿਆਂ 'ਚ ਯਾਨੀ ਕਿ ਇੱਕ ਬੰਦਾ ਕੰਮ ਕਰੇ ਤਾਂ ਇੱਕ ਸੱਪ ਜਿਹੜੀ ਹੈ ਨਾ ਮੁਕੰਮਲ ਹੁੰਦੀ ਆ ਅਤੇ ਹੁਣ ਤੁਸੀਂ ਦੇਖ ਲਓ ਕਿ ਅਗਰ 100 ਰੁਪਏ ਦੇ ਹਿਸਾਬ ਨਾਲ ਵੀ ਲਾਓ ਨਾ ਤੇ 3500 ਰੁਪਈਆ ਬੰਦੇ ਦੀ ਨਾ ਦਿਹਾੜੀ ਬਣਦੀ ਆ 35 ਘੰਟੇ ਕੰਮ ਕਰਨੇ ਹੈ ਮਿਲਣੀ ਨਹੀਂ ਕਿਉਂਕਿ 8 ਘੰਟੇ ਕੰਮ ਕਰਦਾ ਵਾ ਮਜ਼ਦੂਰ ਤੇ 8 ਸਿਰਫ ਇਹ ਆ ਕਿ ਜ਼ਰਾ ਇੱਜ਼ਤ ਦੀ ਰੋਟੀ ਆਪਣੇ ਘਰ ਮਿਲ ਜਾਂਦੀ ਆ ਬਾਹਰ ਲੱਭਣਾ ਨਹੀਂ ਜਾਣਾ ਪੈਂਦਾ ਹੈ ਵਰਨਾ ਇਹਦੇ 'ਚ ਕੋਈ ਉਹ ਸਿਸਟਮ ਬੱਚਤ ਬੁਚਤ ਵਾਲੀ ਗੱਲ ਕੋਈ ਨਹੀਂ ਹੈ ਅੱਛਾ ਜੀ ਇਹ ਤੁਹਾਡਾ ਵੈਸੇ ਇਹ ਆ ਕਿ ਇੰਨੀ ਥੋੜ੍ਹੀ ਮਜ਼ਦੂਰੀ ਆ ਹੈ ਤੇ ਤੁਹਾਡਾ ਕੋਈ ਹੋਵੇ ਵੀ ਗੌਰਮੈਂਟ ਨੂੰ ਇਹ ਚਾਹੀਦਾ ਕਰਨਾ ਕੋਈ ਇਸ ਤਰ੍ਹਾਂ ਦੀ ਕੋਈ ਯਾਨੀ ਕਿ ਤੁਹਾਡੀ ਕੋਈ ਮੰਗ ਹੋਵੇ ਕੋਈ ਚਲੋ ਅਸੀਂ ਵੀ ਸਾਡੇ ਰਾਹੀਂ ਗੱਲ ਜਿਹੜੀ ਹੈ ਨਾ ਚਲੀ ਜਾਏ ਗੌਰਮੈਂਟ ਦਾ ਧਿਆਨ ਨਾ ਪਾਓ ਉਹਨਾਂ ਨੇ ਸਟੀਲ ਦੀਆਂ ਸਫਾ ਕੱਢ ਦੇਣੀ ਗੌਰਮੈਂਟ ਸਾਡੇ ਲਈ ਦੇਖਦੀ ਹੀ ਨਹੀਂ ਗੌਰਮੈਂਟ ਦੇਖਦੀ ਨਹੀਂ ਠੀਕ ਹੈ ਗੌਰਮੈਂਟ ਸੁੱਤੀ ਹੋਈ ਆ ਸਾਡੇ ਦੇ ਮਰੀਜ਼ਾਂ ਦੀ ਬਿਮਾਰੀ ਜਿਹੜੀ ਹੈ ਨਾ ਉਹ ਗੌਰਮੈਂਟ ਨਹੀਂ ਦੇਖਦੀ ਸਾਡੇ ਬੱਚੇ ਬਿਮਾਰ ਹੋ ਜਾਂਦੇ ਸਾਨੂੰ ਜਾਣੇ ਮੁਸ਼ਕਲ ਹੋ ਜਾਂਦੇ ਸਾਡੇ ਵਾਸਤੇ ਬਹੁਤ ਔਖਾ ਹੋ ਜਾਂਦਾ ਅੱਛਾ ਸੀਰੀਅਸ ਬੰਦਾ ਯਾਨੀ ਕੋਈ ਮੇਜਰ ਬਿਮਾਰੀ ਲੱਗ ਜਾਏ ਅਸੀਂ ਇਲਾਜ ਨਹੀਂ ਕਰਾ ਪਾਉਂਦੇ ਹੁਣ ਹਾਲ ਹੀ ਦੇ ਵਿੱਚ ਮੈਨੂੰ ਟੀਵੀ ਦੀ ਮੈਂ ਦਵਾਈ ਖਾ ਰਿਹਾ 1 ਮਹੀਨੇ ਤੋਂ ਟੀਵੀ ਹੋ ਰਹੀ ਆ ਲੇਕਿਨ ਬੁਖਾਰ ਵੀ ਚੜ ਰਿਹਾ ਆ 5-4 ਦਿਨ ਤੋਂ ਕੋਈ ਬੁਖਾਰ ਉਤਰਿਆ ਇਸ ਦੇ ਬਾਵਜੂਦ ਘਰ ਦਾ ਸਿਸਟਮ ਚਲਾਉਣ ਵਾਸਤੇ ਮਜ਼ਦੂਰੀ ਕਰਨੀ ਜਿਹੜੀ ਮਜਬੂਰੀ ਆ ਕਿ ਘਰ ਦਾ ਸਿਸਟਮ ਬਿਜਲੀ ਦਾ ਬਿੱਲ ਬਹੁਤ ਆਉਂਦਾ ਠੀਕ ਆ ਘਰ ਦੇ ਖਰਚਾਤ ਨਹੀਂ ਪੂਰੇ ਹੁੰਦੇ ਕੀ ਕਰੀਏ ਸਰਦੀ ਚ ਦੇਖੋ ਜੀ ਇੰਨੀ ਠੰਡ ਚ ਉਹਦੇ ਚ ਵੀ ਕੰਮ ਕਰਨਾ ਇਹਨਾਂ ਨੇ ਗਰਮੀ ਆ ਜੇ ਤਾਂ ਵੀ ਕਰਨਾ ਗਰਮੀ ਚ ਵੀ ਜਿਹੜਾ ਵਾ ਨਾ ਉਹਦੇ ਚ ਵੀ ਕੰਮ ਕਰਨਾ ਵਾ ਤੇ ਕਰਨਾ ਹੀ ਕਰਨਾ ਮੀਂਹ ਆਵੇ ਕਣੀ ਆਵੇ ਜੋ ਵੀ ਮਰਜ਼ੀ ਇੱਥੇ ਯਾਨੀ ਕਿ ਦੇਖ ਲਓ ਕਿ ਸਿਸਟਮ ਵੀ ਜਿਹੜਾ ਵਾ ਨਾ ਐਸਾ ਹੀ ਆ ਲੇਕਿਨ ਇਹਨਾਂ ਨੇ ਆਪਣਾ ਕੰਮ ਜਿਹੜਾ ਵਾ ਨਾ ਜਾਰੀ ਮੇਰੀ ਗੱਲ ਕਿਥੇ ਪਹੁੰਚਾ ਸਕੋ ਨਾ ਹਾਂ ਤੇ ਮੇਰੇ ਬੇਟੇ ਨੂੰ ਮੈਂ ਇਹ ਮਜ਼ਦੂਰੀ ਕਰਕੇ ਬੜੀ ਮੁਸ਼ਕਲ ਦੇ ਨਾਲ ਇੱਕ ਨੂੰ ਐਮਫਿਲ ਕਰਾਇਆ ਮਾਸ਼ਾਅੱਲਾ ਉਹਦੇ ਵਾਸਤੇ ਮੈਂ ਧੱਕੇ ਖਾ ਰਿਹਾ ਦਰਬਦਰ ਅਜੇ ਤੱਕ ਕੋਈ ਨੌਕਰੀ ਦਾ ਸਹਾਰਾ ਨਹੀਂ ਬਣਦਾ ਇਤਨੀ ਮਿਹਨਤ ਕਰਕੇ ਇਤਨੀ ਮਜ਼ਦੂਰੀ ਕਰਕੇ ਇਤਨੀ ਮੁਸ਼ਕਲ ਦੇ ਨਾਲ ਪੜ੍ਹਾ ਕੇ ਉਸ ਬੱਚੇ ਨੂੰ ਤੇ ਮੈਂ ਕੀ ਕਰਾਵਾਂ ਕਿੰਨਾ ਪੈਸਾ ਲੱਗਾ ਹੋਏਗਾ ਇਹ ਮੇਰੀ ਜ਼ਾਤ ਨੂੰ ਪਤਾ ਮੈਂ ਕਿੱਦਾਂ ਉਹਦੇ 'ਤੇ ਲਾਇਆ ਕਿਹੜੇ ਸਬਜੈਕਟ 'ਚ ਕੀਤਾ ਜੀ ਆਪਣੇ ਬਾਟਨੀ ਦੇ ਵਿੱਚ ਬਾਟਨੀ 'ਚ ਜ਼ਰਈ ਯੂਨੀਵਰਸਿਟੀ ਜ਼ਰਈ ਯੂਨੀਵਰਸਿਟੀ ਲਓ ਜੀ ਆਹ ਹੁੰਦੀ ਆ ਕਹਿੰਦੇ ਕਿ ਜਿਹੜੇ ਬੰਦੇ ਦੀ ਹਿੰਮਤ ਕਹਿੰਦੇ ਨੇ ਵੀ ਪੱਥਰਾਂ ਹਾਫਜ਼ ਸਾਹਿਬ ਕਹਿੰਦੇ ਹੁੰਦੇ ਪੱਥਰਾਂ ਦਾ ਸੀਨ ਬੇਟਾ ਮੇਰਾ ਹਾਫਜ਼ ਕੁਰਾਨ ਵੀ ਹੈ
ਤੇ ਇਹ ਦੇਖੋ ਜੀ, ਅਸ ਕਹਿੰਦੇ ਕੋਈ ਕਿਸੇ ਬੰਦੇ ਦੀ ਕਾਮਯਾਬੀ ਜਿਹੜੀ ਹੁੰਦੀ ਹੈ ਨਾ, ਉਹਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਕਿ ਉਹਨੇ ਆਪਣੇ ਜਾਨ ਨਸ਼ੀਨ ਆਪਣੇ ਤੋਂ ਕਿੰਨੇ ਤਕੜੇ ਛੱਡੇ, ਵੀ ਜਿਹੜੇ ਹਾਲਾਤ ਉਹਨੇ ਲੈ ਸੀ ਆਇਆ ਕਿ ਉਹ ਹਾਲਾਤ ਉਸ ਤੋਂ ਵਾਧੂ ਚੰਗੇ ਕੀਤੇ ਜਾਂ ਹਾਲਾਤ ਮਾੜੇ ਕਰਕੇ ਗਿਆ। ਮੈਂ ਕਹਿੰਦਾ ਕਿ ਇਹ ਭਾਈ ਸਾਹਿਬ ਬਹੁਤ ਕਾਮਯਾਬ ਬੰਦੇ ਆ, ਦੁਨੀਆਂ ਦੇ ਕਾਮਯਾਬ ਬੰਦਿਆਂ 'ਚੋਂ ਆ, ਵੀ ਇਹਨਾਂ ਨੇ ਮਜ਼ਦੂਰੀ ਤੋਂ ਅੱਖ ਖੋਲ੍ਹੀ ਅਤੇ ਹੁਣ ਤੱਕ ਮਜ਼ਦੂਰੀ ਕੀਤੀ ਆ, ਲੇਕਿਨ ਆਪਣੇ ਬੇਟੇ ਨੂੰ ਐੱਮ ਫਿਲ ਤੱਕ ਜਿਹੜਾ ਵਾ ਨਾ ਪੜ੍ਹਾਇਆ ਵਾ, ਬਾਟਨੀ 'ਚ ਐੱਮ ਫਿਲ ਆ, ਦਰਈ ਯੂਨੀਵਰਸਿਟੀ ਤੋਂ, ਜੀਸੀ ਯੂਨੀਵਰਸਿਟੀ, ਹੈਂ ਜੀਸੀ ਯੂਨੀਵਰਸਿਟੀ ਤੋਂ ਫੈਸਲਾਬਾਦ ਤੋਂ, ਹੈਂ। ਅਤੇ ਇਹ ਬੜਾ ਹੀ ਯਾਨੀ ਕਿ ਜਿਹੜਾ ਵਾ ਨਾ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਆ ਕਿ ਕੋਈ ਬੰਦਾ ਯਾਨੀ ਕਿ ਹੱਕ ਹਲਾਲ ਦੀ ਅੱਜ ਕੱਲ੍ਹ ਦੇ ਦੌਰ 'ਚ ਅਤੇ ਆਪਣਾ ਯਾਨੀ ਕਿ ਇੰਨਾ ਮੁਸ਼ਕਿਲ ਕੰਮ ਹੈ, ਲੇਕਿਨ ਆਪਣੇ ਬੱਚਿਆਂ ਨੂੰ ਯਾਨੀ ਕਿ ਜਿਹੜਾ ਵਾ ਨਾ ਪੜ੍ਹਾਵੇ, ਇਹ ਵਾਕਈ ਯਾਨੀ ਕਿ ਇਹ ਤਾਂ ਹੁਣ ਮੁਤਾਲਬੇ ਵਾਲੀ ਕੀ, ਇਹ ਤਾਂ ਮੈਡਲ ਵਾਲੀ ਗੱਲ ਆ, ਹੈਂ, ਵੀ ਇੰਨਾ ਸੁਥਰਾ ਕੰਮ ਜਿਹੜਾ ਵਾ ਨਾ ਕੀਤਾ ਵਾ। ਅਤੇ ਬਾਕੀ ਜਿਹੜੀ ਗੌਰਮੈਂਟ ਦੇ ਵੀ ਕੁਛ ਬੰਦੇ ਅਗਰ ਦੇਖ ਰਹੇ ਆ ਤਾਂ ਇਹਨੂੰ ਇਸ ਚੀਜ਼ ਦਾ ਜਿਹੜਾ ਵਾ ਦੇਖਣਾ ਚਾਹੀਦਾ। ਅੱਛਾ ਜੀ, ਕੋਈ ਟੈਲੀਫੋਨ ਦੇ ਉੱਤੇ ਕੋਈ ਬੰਦਾ ਸਾਫ਼ ਬਣਵਾਉਣਾ ਚਾਹੁੰਦਾ ਹੋਵੇ, ਹਾਂਜੀ, ਟੈਲੀਫੋਨ ਨੰਬਰ ਬੋਲ ਦਿਓ। 0302-6179-99 0302-6179-99 ਮੁਹੰਮਦ ਅਮੀਨ ਮੇਰਾ ਨਾਮ ਆ ਜੀ। ਜੀ, ਟੈਲੀਫੋਨ ਤੁਸੀਂ ਚੱਕੋਗੇ? ਮੈਂ ਹੀ ਚੱਕੂੰਗਾ। ਠੀਕ, ਅੱਜ ਜੀ ਹੁਣ ਤੁਹਾਨੂੰ ਹੋਰ ਵੀ ਦਿਖਾਉਂਦੇ, ਹਾਂ ਸਟਾਕ ਦਿਖਾਉਂਦੇ ਹਾਂ ਜੀ, ਲੈ ਲਓ। ਅੱਛਾ ਜੀ, ਇੱਕ ਹੋਰ ਬੜਾ ਨਾ ਨੌਜਵਾਨ ਜਿਹਾ ਮੁੰਡਾ ਜਿਹੜਾ ਵਾ ਨਾ ਇਹ ਕੰਮ ਕਰ ਰਿਹਾ ਸੀ, ਅਤੇ ਅਸੀਂ ਕਿਹਾ ਵੀ ਇਹਨਾਂ ਦਾ ਵੀ ਨਾ ਤਾਰਫ ਕਰ, ਤੁਹਾਡਾ ਕੀ ਮੇਰਾ ਚਾਚੂ ਆ, ਇਹ ਤੁਹਾਡੇ ਚਾਚੂ ਆ, ਹਾਂਜੀ, ਅਤੇ ਤੁਸੀਂ ਵੀ ਪੜ੍ਹੇ ਆ? ਹਾਂਜੀ। ਕਿਤਨਾ ਪੜ੍ਹੇ ਆ? ਮੈਂ ਐਫਏ ਕੀਤਾ ਜੀ ਇੱਥੇ ਸਮੁੰਦਰੀ ਕਾਲਜ 'ਚੋਂ, ਹਾਂਜੀ, ਅਤੇ ਬਾਕੀ ਫਿਰ ਜੋਬ ਕਰਦਾ ਰਿਹਾ ਮੈਂ, ਅਤੇ ਨਾਲ ਹੀ ਫਿਰ ਆਪਣਾ ਓਪਨ ਨੂੰ ਮੈਂ ਪੜ੍ਹਦਾ ਰਿਹਾ, ਅਲਾਮਾ ਇਕਬਾਲ ਓਪਨ ਜੀ, ਉੱਧਰ ਮੈਂ ਬੀਏ ਕੀਤਾ। ਬੀਏ ਕੀਤਾ, ਨਾਮ ਆਪਣਾ ਕੀ? ਮੇਰਾ ਨਾਮ ਹੈਗਾ ਸਹਿਰ ਇਰਫਾਨ। ਹੈਂ? ਸਹਿਰ ਇਰਫਾਨ। ਸਹਿਰ ਇਰਫਾਨ ਸਾਹਿਬ ਜੀ, ਇਹਨਾਂ ਨੇ ਵੀ ਗ੍ਰੈਜੂਏਟ ਆ ਜੀ, ਅਰਸਫਾਂ ਦਾ ਕੰਮ ਜਿਹੜਾ ਵਾ ਨਾ ਇਹ ਵੀ ਕਰ ਰਹੇ ਆ, ਅਤੇ ਇਹ ਵੀ ਹੁਨਰ ਆ, ਅਤੇ ਹਲਾਲ ਰੋਜ਼ੀ ਜਿਹੜੀ ਆ ਨਾ ਉਸ ਤੋਂ ਵੱਡਾ ਹੁਨਰ ਦੁਨੀਆਂ 'ਤੇ ਕੋਈ ਨਹੀਂ ਹੈ। ਅਤੇ ਇਹ ਮੈਂ ਕੋਈ ਵੀ ਬੰਦਾ ਜਿਹੜਾ ਵਾ ਨਾ ਇਹ ਕੰਮ ਕਰਦਾ ਵਾ ਉਹਨੂੰ ਇੱਜ਼ਤ ਨਾਲ ਦੇਖਣਾ ਚਾਹੀਦਾ, ਇੱਜ਼ਤ ਨਾਲ ਜਿਹੜਾ ਨਾ ਪੇਸ਼ ਆਉਣਾ ਚਾਹੀਦਾ ਵਾ, ਕਿਉਂਕਿ ਅੱਜ ਕੱਲ੍ਹ ਦੇ ਦੌਰ 'ਚ ਜਿਹੜਾ ਨਾ ਰਿਜ਼ਕ ਹਲਾਲ ਦਾ ਕੰਸੈਪਟ ਬਹੁਤ ਘੱਟ ਰਹਿ ਗਿਆ ਵਾ। ਬਿਲਕੁਲ ਜੀ। ਅਤੇ ਇਹ ਜੀ ਸਹਿਰ ਸਾਹਿਬ ਆ, ਹੈਂ? ਅੱਛਾ ਜੀ। ਅਤੇ ਇਹ ਗ੍ਰੈਜੂਏਟ ਆ ਮਾਸ਼ਾਅੱਲਾ। ਮਾਸ਼ਾਅੱਲਾ, ਹੈਂ? ਹਾਂਜੀ ਹਾਂ। ਅਤੇ ਅੰਗੂਠਾ ਮੇਰਾ ਬਚ ਗਿਆ ਵਾਲ ਵਾਲ, ਖੈਰ ਆ। ਨਹੀਂ, ਇਹਦਾ ਹੈਗਾ 6 ਇੰਚ ਦਾ ਮਸਲਾ ਹੈਗਾ ਜੀ। ਅੱਛਾ, ਇੱਥੇ ਬੈਠੇ ਹੋ? ਨਹੀਂ ਨਹੀਂ, ਉਹ ਮੇਰਾ ਨਾਮ ਸਾਹਿਬ, ਹਾਂਜੀ, ਮੈਂ ਸਰ ਜੀ ਸ਼ੋਤੋਕਾਨ ਸਟਾਈਲ, ਹੈਂ? ਸ਼ੋਤੋਕਾਨ ਸਟਾਈਲ ਕਰਾਇਆ ਜੀ, ਕਰਾਟੇ। ਕਿਹੜੀ ਬੈਲਟ ਤੱਕ ਜਿਹੜਾ ਵਾ? ਮੇਰਾ ਬੈਲਟ ਨਹੀਂ ਸੀ ਚੇਂਜ ਕੀਤਾ ਮੈਂ, ਲੇਕਿਨ ਇਹ ਡਿਵੀਜ਼ਨ ਲੈਵਲ ਤੱਕ ਮੇਰੇ ਕੋਲ ਸਿਲਵਰ ਮੈਡਲ ਆ। ਲਓ ਜੀ, ਡਿਵੀਜ਼ਨ ਲੈਵਲ ਤੇ ਸ਼ੋਤੋਕਾਨ ਦੇ ਜਿਹੜੇ ਆ ਨਾ ਪਲੇਅਰ ਆ ਜੀ, ਜੋਡੋ ਕਰਾਟੇ, ਜੋਡੋ ਨਹੀਂ, ਜੋਡੋ ਹੋਰ ਚੀਜ਼ ਆ, ਸ਼ੋਤੋਕਾਨ ਹੋਰ ਚੀਜ਼, ਸ਼ੋਤੋਕਾਨ ਜੋਡੋ ਕਰਾਟੇ ਦੀ ਸਕਿਨ ਟੱਚ ਫਾਈਟ ਹੁੰਦੀ ਆ। ਹਾਂਜੀ, ਹਾਂਜੀ, ਤੁਸੀਂ ਦੱਸੋ ਸ਼ੋਤੋਕਾਨ ਦਾ ਜਿਹੜਾ ਨਾ ਬਹੁਤ ਤਫਸੀਲ ਨਾਲ, ਮੈਂ ਤਾਂ ਜਨਰਲ ਜਿਹਾ ਦੱਸ ਦਿੱਤਾ ਸੀ ਨਹੀਂ, ਇਹ ਸ਼ੋਤੋ ਅਸੀਂ ਤਾਂ ਇਹਦੀ ਇੰਨੀ ਕੁ ਡਿਟੇਲ ਆ ਜੀ, ਸ਼ੋਤੋਕਾਨ ਸਟਾਈਲ ਆਪਣਾ। ਅੱਛਾ, ਹਾਂਜੀ, ਹਾਂ, ਉਹਦੇ ਵਿੱਚ ਸਾਡੇ ਕੋਲ ਹੈ ਮੇਰਾ ਭਾਈ ਜਿਹੜਾ ਐੱਮ ਫਿਲ ਕਰ ਰਿਹਾ ਨਾ, ਇਹ ਵੀ ਇੱਕ ਮੈਂ ਸੀ, ਅਸੀਂ ਆਪਣਾ ਇੱਧਰ ਡਿਸਕੋਰਡ ਕਰਾਟੇ ਹੈਗਾ ਸੀ ਸਾਡਾ ਕਲੱਬ, ਮਾਸਟਰ ਸਾਹਿਬ ਹੈਗੇ ਸੀਗੇ ਸਾਡੇ ਅਸਲਮ ਸਾਹਿਬ, ਅਤੇ ਉਹਨਾਂ ਨੇ ਸਾਨੂੰ ਫਿਰ ਪਿੰਡ ਤੁਹਾਨੂੰ ਸ਼ੋਤੋਕਾਨ ਦਾ ਕਿੱਥੋਂ ਆ ਗਿਆ ਦੇਣ? ਬਾਜੀ ਇੱਕ ਬਚਪਨ ਤੋਂ ਸ਼ੌਕ ਸੀਗਾ, ਦੇਖਦੇ ਰਹੇ ਵੀਡੀਓ ਸ਼ੀਡੀਓ ਵਗੈਰਾ। ਅੱਛਾ, ਭਾਈ ਵੀ ਖੇਡਦੇ ਹੁੰਦੇ ਸੀਗੇ ਸਕੂਲ 'ਚ ਇੱਥੇ। ਅੱਛਾ ਅੱਛਾ, ਲਓ ਜੀ, ਇਹ 2-3 ਮਹੀਨੇ ਨੇ ਇੱਥੇ ਗੇਮ ਹੋਈ ਆ ਸਾਡੇ ਪਿੰਡ,
ਇਹਦੇ ਸਕੂਲ ਹੁੰਦਾ ਸੀ ਪ੍ਰਾਈਵੇਟ, ਇਹਨਾਂ ਕੋਲ ਸੀਗਾ ਆਪਣਾ ਬਲੂ ਬੈਲ ਨਿੰਜਾ ਚ। ਅੱਛਾ ਲਓ ਜੀ ਦਿਖਾਓ ਜੀ। ਤੇ ਇਹਨਾਂ ਨੇ ਛੱਡਿਆ, ਇਹਨਾਂ ਦੀ ਵਰਦੀ ਵੁਰਦੀ ਘਰ ਪਈ ਹੁੰਦੀ ਸੀ, ਬਸ ਉਹ ਹੀ ਵੇਖੀ ਆ। ਲੱਭਦਿਆਂ ਲੱਭਦਿਆਂ ਸਾਨੂੰ ਇਹ ਆ ਗਿਆ, ਕਾਫੀ ਅਰਸਾ ਸਾਨੂੰ ਹੋ ਗਿਆ ਕਿ ਫਿਰ ਇੱਥੇ ਸਾਡੇ ਉਸਤਾਦ ਲੱਭੇ ਡਿਸਕੋਡ, ਉਹਨਾਂ ਕੋਲ ਫਿਰ ਅਸੀਂ ਸਾਲ ਲੈ ਕੇ ਖੇਡੀ ਗੇਮ ਕੀਤੀ ਆ। ਉਹ ਤੋਂ ਬਾਅਦ ਫਿਰ ਆਪਣਾ ਹੁਣ ਕਰਦੇ ਫਿਰਦੇ ਬੱਚਿਆਂ ਬੁੱਚਿਆਂ ਖੇਡੇ ਆ, ਸ਼ਾਦੀ ਕਰ ਦਿੱਤੀ। ਉਹ ਤੋਂ ਬਾਅਦ ਇਹ ਤੁਹਾਡੇ ਭਾਈ ਆ ਵੱਡੇ? ਹਾਂਜੀ ਇਹ ਵੱਡੇ ਭਾਈ ਆ। ਇਹਨਾਂ ਨੂੰ ਵੇਖ ਕੇ ਸਾਨੂੰ ਸ਼ੌਕ ਆਇਆ, ਇਹਨਾਂ ਵੀ ਕੀਤੀ ਨਾ ਗੇਮ, ਇਹਨਾਂ ਕੋਲ ਕਾਲੀ ਵਰਦੀ ਸੀ ਨਾ ਨਿੰਜਾ ਵਾਲੀ, ਨਿੰਜਾ ਵਾਲੀ ਇੱਥੇ ਕਰਵਾਉਂਦੇ ਰਹੇ ਆ। ਇਹਨਾਂ ਦੀ ਉਹ ਵਰਦੀ ਘਰ ਪਈ ਹੁੰਦੀ, ਬੈਲਟ ਬੁਲਟ ਇਹਨਾਂ ਦੇ ਪਏ ਹੁੰਦੇ ਸੀ, ਉਹ ਵੇਖ ਕੇ ਸਾਨੂੰ ਸ਼ੌਕ ਸੀਗਾ। ਉਸੇ ਡਿਸਕੋਡ ਤੇ ਕਲੱਬ ਹੈ ਛੋਟਾ ਜਿਹਾ ਇੱਕ, ਤੇ ਉਹਨਾਂ ਦੇ ਕੋਲ ਅਸੀਂ ਫਿਰ ਜਾਣਦੇ ਰਹੇ, ਉਹਨਾਂ ਸਾਨੂੰ ਕੀਤੀ ਹੋਈ ਆਪਣਾ ਕਰਦੇ ਰਹੇ, ਠੀਕ ਨਾਲ ਬਾਜ਼ਾਰ ਵਗੈਰਾ ਲਗਾਉਂਦੇ ਰਹੇ। ਉਸੇ ਦੁਕਾਨ ਬਣਾਈ ਸੀ ਜੁੱਤੀਆਂ ਦੇ, ਐਤਵਾਰ ਬਾਜ਼ਾਰ। ਹਾਂਜੀ ਐਤਵਾਰ ਬਾਜ਼ਾਰ, ਹਫ਼ਤਾ ਬਾਜ਼ਾਰ, ਉਹ ਵੀ ਬਣਾਉਂਦੇ ਰਹੇ। ਅੱਛਾ, ਯਾਨੀ ਜੋ ਲੱਭਦਾ ਰਿਹਾ ਨਾ ਕਰਦੇ ਰਹੇ। ਹਾਂਜੀ ਯਾਨੀ ਕੋਈ ਪਰਮਾਨੈਂਟ ਜੋਬ ਨਹੀਂ ਸਾਨੂੰ ਲੱਭੀ, ਤੇ ਅਸੀਂ ਆਪਣੀ ਮਜ਼ਦੂਰੀ ਵੀ ਨਹੀਂ ਛੱਡੀ। ਲਓ ਜੀ ਛੋਤੀ ਛੋਤ ਤਾਂ ਤੁਸੀਂ ਸੁਣਿਆ ਹੋਣਾ, ਛੋਤੋਕਾਨ, ਛੋਤੋਕਾਨ ਇੱਕ ਨਵਾਂ ਕੰਮ ਆਇਆ। ਮੈਂ ਵੀ ਖੇਡਣ ਆ ਜਾ ਖੇਡੀਏ, ਆ ਬਾਈ ਵੀ ਤੁਸੀਂ ਕਰੋ। ਅੱਛਾ ਜੀ, ਇੱਕ ਨਵੇਂ ਤੋਂ ਨਵਾਂ ਜਿਹੜਾ ਵਾ ਨਾ ਦਰ ਖੁੱਲਦਾ ਜਾ ਰਿਹਾ ਵਾ, ਅਸੀਂ ਤਾਂ ਆਏ ਸੀ ਸਫਾ ਵਾਲਿਆਂ ਦੀ ਤਲਾਸ਼ 'ਚ, ਹੈਂ ਚਿੱਕਾਂ ਦੀ ਤਲਾਸ਼, ਅਤੇ ਬਾਅਦ ਸਾਨੂੰ ਸਫਾ ਲੱਭ ਗਈਆਂ। ਅਸੀਂ ਕਿਹਾ ਵੀ ਸਫਾ ਦੀ ਗੱਲ ਕਰੀਏ, ਅਤੇ ਬਜ਼ੁਰਗਾਂ ਕੋਲੋਂ ਪਤਾ ਚੱਲਿਆ ਕਿ ਉਹਨਾਂ ਦਾ ਇੱਕ ਬੇਟਾ ਐਮ ਫਿਲ ਕਰ ਚੁੱਕਿਆ ਵਾ, ਅਤੇ ਨਵਾਂ ਜਿਹਾ ਮੁੰਡਾ ਦੇਖਿਆ ਸੀ ਕਿਹਾ ਵੀ ਚਲੋ ਇਹਦੇ ਪਤਾ ਲੱਗਿਆ ਕਿ ਇਹ ਵੀ ਗ੍ਰੈਜੂਏਟ ਆ ਅਤੇ ਛੋਤੋਕਾਨ ਦਾ ਪਲੇਅਰ ਆ। ਅਤੇ ਮੈਂ ਇਹਨੂੰ ਪੁੱਛਿਆ ਵੀ ਤੁਹਾਨੂੰ ਛੋਤੋਕਾਨ ਦਾ ਇੱਥੇ ਪਿੰਡ 'ਚ ਰਹਿੰਦੇ ਹੋਏ ਕਿਸ ਤਰ੍ਹਾਂ ਸ਼ੌਕ ਹੋ ਗਿਆ? ਉਹ ਕਹਿੰਦੇ ਕਿ ਸਾਡੇ ਭਾਈ ਜਿਹੜੇ ਆ ਨਾ ਇਹ ਰਹੇ ਆ ਛੋਤੋਕਾਨ ਦੇ ਪਲੇਅਰ, ਨਿੰਜਾ, ਹਾਂ, ਅਤੇ ਕਰਾਟੇ ਦੇ। ਅੱਛਾ ਤੁਸੀਂ ਕਿਸ ਲੈਵਲ ਤੱਕ ਜਾਣੀ ਕਿ ਜਿਹੜਾ ਵਾ ਸਰ? ਮੈਂ ਬਲੂ ਬੈਲਟ ਤੇ ਸੀ। ਅੱਛਾ ਬਲੂ ਬੈਲਟ। ਅੱਛਾ ਇਹਦੇ 'ਚ ਸਾਨੂੰ ਜ਼ਰਾ ਕੁ ਦੱਸ ਦਿਓ ਲੋਕਾਂ ਨੂੰ ਵੀ ਸਭ ਤੋਂ ਪਹਿਲੀ ਬੈਲਟ ਕਿਹੜੀ ਹੁੰਦੀ ਹੈ? ਵਾਈਟ ਬੈਲਟ ਹੁੰਦੀ ਹੈ। ਵਾਈਟ ਤੋਂ ਬਾਅਦ ਯੈਲੋ, ਯੈਲੋ, ਹਾਂਜੀ, ਯੈਲੋ ਤੋਂ ਬਾਅਦ ਫਿਰ ਤੀਸਰੇ ਨੰਬਰ 'ਤੇ ਆਉਂਦੀ ਹੈ ਬਲੂ ਬੈਲਟ, ਬਲੂ, ਅਤੇ ਉਸ ਤੋਂ ਬਾਅਦ? ਉਸ ਤੋਂ ਬਾਅਦ ਬਲੈਕ ਬੈਲਟ ਹੁੰਦੀ ਹੈ। ਬਲੈਕ ਬੈਲਟ ਜਿਹਨੂੰ ਮਾਸਟਰ ਕਹਿੰਦੇ ਕਿ ਜਿਹਦੇ 10 ਕਿ ਗ੍ਰੇਡ ਹੁੰਦੇ ਬਲੈਕ ਬੈਲਟ 1 2 3? ਹਾਂਜੀ, ਉਸ ਤੋਂ ਬਾਅਦ ਫਿਰ ਉਹਦੇ ਗ੍ਰੇਡ ਬਲੈਕ ਦੇ ਹੁੰਦੇ ਆ, ਉੱਪਰ ਹਾਂਜੀ ਉੱਪਰ ਤੁਰੇ ਜਾਣਾ ਜਾਂ ਫਿਰ ਇਸ ਤਰੀਕੇ ਨਾਲ ਕਰਦੇ ਜਾਣਾ। ਠੀਕ ਹੈ, ਯਾਨੀ ਕਿ ਬਲੈਕ ਤੋਂ ਨਿਚਲੀ ਯਾਨੀ ਕਿ ਜਿਹੜੀ ਹੈ ਨਾ ਉਹਦੇ 'ਚ ਹੈ। ਹਾਂਜੀ, ਅਤੇ ਤੁਸੀਂ ਕੀ ਕੰਮ ਕਰਦੇ ਆ ਇਹਦੇ ਨਿੰਜਾ ਤੋਂ ਇਲਾਵਾ ਜਿਹੜਾ ਵਾ? ਸਰ ਉਹ ਸ਼ੌਕ ਪਿੱਛੇ ਰਹਿ ਗਏ, ਉਸ ਤੋਂ ਹਟ ਗਿਆ, ਸਫਾਂ ਦੇ ਕੰਮ ਆ ਸਾਡਾ, ਮਜ਼ਦੂਰੀ ਦਾ। ਅੱਜ ਕੱਲ੍ਹ ਸਫਾਂ ਨਾਲ ਹੀ ਨਿੰਜਾ ਖੇਡਦੇ ਆ? ਹਾਂਜੀ, ਮਜ਼ਦੂਰੀ ਨਾਲ ਸਰ ਹੈਗੀ ਆ, ਜਿਹੜੀ ਵੀ ਮਿਲ ਜਾਏ ਆਪਣੇ ਹਿਸਾਬ ਨਾਲ ਹੀ ਆ, ਕੋਈ ਵੀ ਮਜ਼ਦੂਰੀ ਮਿਲ ਗਈ ਯਾਨੀ ਕਿ ਆਪਣੇ ਕਹਿ ਲਓ ਕਿ ਰੋਜ਼ਮਰਾ ਦੇ ਹਾਲਾਤ ਦੇ ਹਿਸਾਬ ਨਾਲ ਮਿਹਨਤ ਮਜ਼ਦੂਰੀ ਕਰਦੇ ਆ। ਆਪਣਾ ਨਾਮ ਕੀ ਹੈ? ਮੁਹੰਮਦ ਅਫਜ਼ਲ ਸਰ। ਮੁਹੰਮਦ ਅਫਜ਼ਲ, ਇਹ ਤੁਹਾਡੇ ਛੋਟੇ ਭਾਈ? ਛੋਟੇ ਭਾਈ ਆ। ਅੱਛਾ, ਇਹ ਮੇਰਾ ਬੇਟਾ ਜੀ ਹੈਦਰ ਅਲੀ। ਮਾਸ਼ਾਅੱਲਾ ਜੀ, ਇਹਦਾ ਕੀ ਨਾਮ? ਹੈਦਰ ਅਲੀ ਸਰ। ਹੈਦਰ ਅਲੀ, ਲਓ ਜੀ ਸ਼ਾਬਾਸ਼ ਦਈਏ ਕਿ ਮਜ਼ਦੂਰੀ ਦੇ ਨਾਲ ਇਹਨਾਂ ਨੇ ਆਪਣੇ ਬੱਚੇ ਪੜ੍ਹਾਏ ਲਿਖਾਏ, ਨਾਲ ਛੋਤੀ ਛੋਤ ਖੜਾਇਆ, ਵੱਡੀ ਗੱਲ ਹੈ। ਉਹੀ ਗੱਲ ਹੋ ਗਈ, ਛੋ ਤੋਂ ਕਾਂਜ ਖੜਾਇਆ ਜੀ, ਕਰਾਟੇ ਖੜਾਏ। ਹਾਂਜੀ, ਕਰਾਟੇ ਖੜਾਏ, ਅਤੇ ਬੜੇ ਦਿਲ ਨੂੰ ਖੁਸ਼ੀ ਹੋਈ ਜਿੱਦਾਂ ਬਜ਼ੁਰਗਾਂ ਨੇ ਆਪਣੇ ਬੱਚੇ ਪੜ੍ਹਾਏ, ਗਾਂ ਇਹਨਾਂ ਨੇ ਆਪਣੇ ਬੱਚੇ ਭੈਣ ਭਰਾ ਪੜ੍ਹਾਏ, ਬੜੀ ਗੱਲ ਆ। ਪੜ੍ਹਾਈ ਨੂੰ ਇਹਨਾਂ ਨੇ ਨਾਲ ਰੱਖਿਆ, ਨਾਲ ਰਿਜ਼ਕੇ ਹਲਾਲ ਕਰਾ ਰਹੇ, ਆਪਣਾ ਕਮਾ ਰਹੇ ਹਾਂ ਮਜ਼ਦੂਰੀ। ਅਤੇ ਅਸੀਂ ਅੱਜ ਜਿੱਥੇ ਜਿੱਥੇ ਜਾਵਾਂਗੇ ਸਾਨੂੰ ਚੀਕਾਂ ਲੱਭਣ ਨਾ ਲੱਭਣ ਅਸੀਂ ਤੁਹਾਨੂੰ ਦੱਸੀ ਰਹਾਂਗੇ ਹਾਲਾਤ ਕੀ ਚੱਲ ਰਹੇ। ਹਾਂ ਬਿਲਕੁਲ, ਜੋ ਜੋ ਅਸੀਂ ਦੇਖਿਆ।
ਨਹੀਂ ਜੀ ਦੇਖੋ ਇਹਦੇ 'ਚ ਚੀਜ਼ਾਂ ਦਾ ਅਸੀਂ ਇਹ ਕਈ ਬਹੁਤ ਸਾਰੇ ਲੋਕ ਨਾ ਉਹ ਕਹਿੰਦੇ ਜੀ ਅਸੀਂ ਰੁਜ਼ਗਾਰ ਦੇ ਸਿਲਸਿਲੇ 'ਚ ਪੈ ਗਏ ਸੀ ਅਸੀਂ ਪੜ੍ਹ ਨਹੀਂ ਸਕੇ। ਇਹ ਬੜੀ ਅੱਛੀ ਮਿਸਾਲ ਆ ਕਿ ਜਿਨ੍ਹਾਂ ਨੇ ਆਪਣੇ ਰੁਜ਼ਗਾਰ ਨੂੰ ਵੀ ਰੱਖਿਆ ਅਤੇ ਆਪਣਾ ਤਾਲੀਮ ਦਾ ਵੀ ਸਿਲਸਿਲਾ ਜਿਹੜਾ ਨਾ ਜਾਰੀ ਰੱਖਿਆ ਅਤੇ ਆਓ ਇਹਨੂੰ ਅੱਲਾਹ ਤਾਲਾ ਤੁਹਾਨੂੰ ਜੀ ਆਸਾਨੀਆਂ ਦੇਵੇ, ਰਿਜ਼ਕ ਦੇ ਵਿੱਚ ਤੁਹਾਡੇ ਬਰਕਤ ਦੇਵੇ। ਲੱਗਣਾ ਬਸ ਮੈਂ ਦੱਸਣਾ ਹੀ ਹੈ। ਚਲੋ ਅਸੀਂ ਜੀ ਦੁਕਾਨ ਦਾ ਫਿਰਦੇ ਫਿਰਦੇ ਇੱਥੇ ਆ ਗਏ ਹਾਂ ਇਸ ਭਾਈ ਕੋਲ, ਇੱਥੇ ਚਿੱਕਾਂ ਬਣਦੀਆਂ ਅਤੇ ਗੱਲਬਾਤ ਹੋ ਗਈ ਹੈ। ਬਸ ਇਹ ਆ ਵੀ ਉਹ ਸਾਈਜ਼ ਦੱਸਣਾ ਪੈਂਦਾ ਵੀ ਇਸ ਸਾਈਜ਼ ਦੀ ਬਣਾਉਣੀ ਆ, ਇੰਨੀ ਚੌੜੀ ਇੰਨੀ ਲੰਬੀ, ਅਤੇ ਉਹ ਇਹਨਾਂ ਨੂੰ ਅਸੀਂ ਸਾਈਜ਼ ਦੇ ਦਿੱਤਾ ਅਤੇ ਉਹ ਸਾਈਜ਼ ਬਿਆਨਾ ਕਰ ਲਿਆ, ਅਤੇ ਹੁਣ ਜਿੱਦਣ ਬਣ ਕੇ ਆਉਣਗੀਆਂ ਅਤੇ ਉਹ ਜਿੱਦਣ ਲਾਵਾਂਗੇ ਉਹ ਵੀ ਤੁਹਾਨੂੰ ਦਿਖਾ ਦਾਂਗੇ। ਬਲਕਿ ਜਦੋਂ ਇਹ ਉਹ ਮਿਲਣ ਆਉਣਗੇ ਨਾ ਉੱਥੇ ਅਸੀਂ ਆਪਣੀ 16 ਦਰੀ ਵੀ ਮਨਾਵਾਂਗੇ, ਇਹਨਾਂ ਨੂੰ ਖਬਰੇ ਅਸੀਂ ਉਹ ਵੀ ਬਣਵਾ ਲਈਏ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਮਲਕ ਸਾਹਿਬ। ਬਾਪੂ ਤੁਹਾਡਾ ਕੀ ਲੱਗਦਾ? ਮੇਰੇ ਵਾਲਦ ਸਾਹਿਬ। ਅੱਛਾ, ਤੁਹਾਡੇ ਵਾਲਦ ਸਾਹਿਬ? ਹਾਂ ਜੀ। ਉਹਨਾਂ ਨਾਲ ਗੱਲਬਾਤ ਕਰ ਲਈ ਤੇ ਕਿ ਤੈਨੂੰ ਪਤਾ ਸਾਰਾ? ਇਹ ਮੈਨੂੰ ਬਿਲਕੁਲ ਕੁਛ ਕੀ ਪੁੱਛਣਾ ਬਸ। ਪੁੱਛਣਗੇ ਗੱਲਾਂ ਪਤਾ ਤੁਹਾਨੂੰ ਸਾਰੀ, ਤੁਹਾਡੀ ਹੁਣੇ ਤਬੀਅਤ ਸੈੱਟ ਕਰ ਦੇਣੀ। ਆਹੋ ਉਹ ਮੁੰਡਾ ਕਹਿੰਦਾ ਮੈਨੂੰ ਪਤਾ, ਪੁੱਛੋ ਕੋਈ ਗੱਲਬਾਤ ਕਰਨੀ ਜੀ। ਉੱਧਰ ਹੀ ਜੀ। ਅਸਲਾਮ ਵਾਲੇਕੁਮ। ਕੀ ਨਾਮ ਆਪਣਾ? ਮੇਰਾ ਨਾਮ ਜੀ ਮਲਕ ਸਾਕਬ। ਮਲਕ ਸਾਕਬ, ਅੱਛਾ ਮਲਕ ਸਾਹਿਬ ਤੁਸੀਂ ਇੱਥੇ ਕੀ ਕੰਮ ਕਰਦੇ ਆ? ਇਹ ਦੁਕਾਨ ਹੈ ਜੀ ਮੇਰੀ ਸਾਡੀ ਆਪਣੀ, ਤੇ ਅਸੀਂ ਚਿੱਕਾਂ ਬਣਾਉਂਦੇ ਹਾਂ ਕੱਪੜੇ ਵਾਲੀਆਂ। ਕੱਪੜੇ ਵਾਲੀਆਂ ਚਿੱਕਾਂ? ਅੱਛਾ, ਇਹ ਪਹਿਲੇ ਨੀਚੇ ਕਾਨੇ ਦੀ ਹੁੰਦੀ ਹੈ ਚਿੱਕ? ਪਹਿਲਾਂ ਕਾਨੇ ਦੀ ਬਣਾਈ ਹੁੰਦੀ ਹੈ। ਅੱਛਾ, ਪਹਿਲੇ ਅਸੀਂ ਕਾਨਾ ਛਾਂਟਦੇ ਹਾਂ। ਅੱਛਾ, ਕਾਨਾ ਛਾਂਟ ਕੇ ਸਾਫ਼ ਸੁਥਰਾ ਕਾਨਾ ਬਣਾ ਕੇ ਫਿਰ ਅਸੀਂ ਇਹਨੂੰ ਇਹਦੇ ਉੱਪਰ ਕੱਪੜਾ ਲਗਾਉਂਦੇ ਹਾਂ। ਅੱਛਾ, ਅਤੇ ਜਿਹੜੀ ਕਾਨੇ ਦੀ ਚਿੱਕ ਆ, ਹਾਂਜੀ, ਉਹ ਕਿਸ ਤਰ੍ਹਾਂ ਜਿਹੜਾ ਬੰਨ ਦਿੰਦੀ? ਹਾਂ, ਇਹ ਜਿਹੜੀਆਂ ਖੜੀਆਂ ਵਾ ਉਹ ਨਹੀਂ, ਉਹ ਕਰਨੀ ਪਿੱਛੇ ਦੇਖ ਕੇ। ਚਲੋ ਆ ਜਾਓ, ਕੋਈ ਨਹੀਂ, ਆ ਜਾ ਨਾਲ ਗੱਲ ਕਰੀਏ, ਇਹ ਮਰਲਾ ਫਿਰ ਬਾਅਦ 'ਚ ਕਰ ਲਵਾਂਗੇ। ਠੀਕ ਹੈ ਜੀ। ਅੱਛਾ ਜੀ, ਇਸ ਤਰ੍ਹਾਂ ਤੁਸੀਂ ਦੇਖ ਲਈਆਂ ਸਿਰਕੀਆਂ ਬਣਦੀਆਂ ਇਸ ਤਰ੍ਹਾਂ? ਪਹਿਲਾਂ ਤੁਸੀਂ ਕਾਨੇ ਦੇਖੇ? ਹਾਂ, ਬਿਲਕੁਲ ਫਿਰ ਛਿੱਲੇ ਕਾਨੇ ਦੇਖੇ, ਫਿਰ ਉਸ ਤੋਂ ਬਾਅਦ ਉਹਨਾਂ ਦੀ ਕਟਾਈ ਦੇਖੀ, ਫਿਰ ਬਣਦੇ ਵੀ ਦੇਖਦੇ ਤੁਸੀਂ, ਤੁਹਾਨੂੰ ਉਹ ਵੀ ਦਿਖਾ ਦਿੰਦੇ ਕਿੱਦਾਂ ਬਣਦੇ ਆ, ਅਤੇ ਉਸ ਤੋਂ ਬਾਅਦ ਇਹ ਕੱਪੜਾ ਲੱਗਦਾ ਵਾ। ਹਾਂਜੀ, ਆਹ ਚੀਜ਼ ਜਿਹੜੀ ਹੋਰ ਚੀਜ਼ ਹੈ ਜਿਹੜੀ ਇਹਦੇ ਵਿੱਚ ਨਾ ਚਿੱਕ, ਇਹ ਇੱਕ ਅਲੱਹਦਾ ਚੀਜ਼ ਹੈ, ਯਾਨੀ ਕਿ ਇਹਦੇ ਵਿੱਚ ਗਾਨਾ ਵੀ ਅੱਛਾ ਲੱਗਣਾ, ਡੋਰੀ ਵੀ ਅੱਛੀ ਲੱਗਣੀ, ਸਾਰਾ ਦਰਵਾਜ਼ਾ ਤੇ ਲੱਗਣੀ ਆ, ਉਹ ਜਿਹੜੀ ਹੁੰਦੀ ਆ ਛੱਤਾਂ ਤੇ ਪੈਂਦੀ, ਉਹ ਇੱਕ ਦਫਾ ਪੈ ਗਈ, ਉਸ ਤੋਂ ਬਾਅਦ ਉਹ ਥੱਲੇ ਨਹੀਂ ਉਤਰਦੀ, ਇਹਨੂੰ ਰੋਲ ਵੀ ਹੋਣਾ, ਬਾਰ ਬਾਰ ਇਹਨੇ ਰੋਲ ਹੋਣਾ ਥੱਲੇ ਆਉਣਾ। ਅੱਛਾ, ਆਹ ਜਿਹੜਾ ਕੱਪੜਾ ਵਾ ਇਹਨੂੰ ਕੀ ਕਹਿੰਦੇ ਆ? ਇਹ ਕੱਪੜਾ ਵਾ ਦੂਸਰਾ ਟੈਂਟਾਂ ਵਾਲਾ, ਟੈਂਟਾਂ ਵਾਲਾ, ਤੇ ਆਹ ਜਿਹੜਾ ਸਾਈਡਾਂ ਤੇ ਜਿਹੜਾ ਵਾ ਲੱਗਿਆ ਇਹਨੂੰ ਪਰਦਾ ਪੱਟੀ ਕਹਿੰਦੇ ਆ, ਪਰਦਾ ਪੱਟੀ ਕਹਿੰਦੇ ਆ। ਤੇ ਇਹ ਕਿਸ ਰੇਟ ਤੇ ਤਕਰੀਬਨ ਜਿਹੜਾ ਵਾ ਨਾ ਆਉਂਦਾ ਵਾ? ਇਹ ਸਾਨੂੰ ਉੱਥੋਂ ਤਕਰੀਬਨ 300 ਰੁਪਏ ਮੀਟਰ ਮਿਲਦਾ। 300 ਰੁਪਏ ਮੀਟਰ, ਇਹਦਾ ਕਿੰਨਾ ਬਾਰ ਹੁੰਦਾ ਵਾ? ਇਹਦਾ 8 ਫੁੱਟ ਬਾਰ ਹੁੰਦਾ ਚੜ੍ਹਾਈ 'ਚ। ਹਾਂ, 8 ਫੁੱਟ ਬਾਰ ਵਾਲਾ ਜਿਹੜਾ 300 ਰੁਪਏ ਮੀਟਰ ਦੇ ਹਿਸਾਬ ਨਾਲ, 300 ਰੁਪਏ ਮੀਟਰ। ਆਹ ਜਿਹੜੀ ਪੱਟੀ ਆ ਇਹ ਪਰਦਾ ਪੱਟੀ ਹੈ। ਹਾਂ, ਪਰਦਾ ਇਹ ਕਿਲੋ ਦੇ ਹਿਸਾਬ ਨਾਲ ਮਿਲਦੀ ਹੈ। ਅੱਛਾ, ਯਾਨੀ ਕਿ 800-900 ਰੁਪਏ ਕਿਲੋ। ਕਿਲੋ ਇੱਕ ਹਲਕੀ ਹੁੰਦੀ ਹੈ, ਉਹ ਥੋੜ੍ਹੀ ਸਸਤੀ ਮਿਲਦੀ, ਇਹ ਹੈ ਵਾ ਅੱਛੀ।
ਅੱਛਾ ਇਹਦੇ ਨਾਲ ਤੁਸੀਂ ਆਹ ਇਹ ਸਿਲਾਈ ਕਰਦੇ ਆ? ਹਾਂਜੀ ਇਹ ਸਿਲਾਈ ਆਰ ਦੇ ਨਾਲ ਹੁੰਦੀ। ਅੱਛਾ ਤੇ ਆਹ ਚੋਣੀਆਂ ਕਿਸ ਚੀਜ਼ ਲਈ? ਇਹਨਾਂ ਨੂੰ ਅੱਗੇ ਪਕੜਨ ਕਰਨ ਵਾਸਤੇ ਨਾ, ਕੋ ਯਾਨੀ ਕਿ ਕਪੜਾ ਅੱਗੇ ਪਿੱਛੇ ਨਾ ਹੋਵੇ, ਤੇ ਜਿਸ ਜਗ੍ਹਾ ਤੇ ਇਹ ਇਸ ਤਰ੍ਹਾਂ ਕਰਕੇ ਲੱਗ ਜਾਣੀ ਨਾ ਫਿਰ ਅੱਗੇ ਪਿੱਛੇ ਕਪੜਾ ਨਹੀਂ ਹੋਏਗਾ। ਅੱਛਾ ਇਹ ਚੋਣੀਆਂ ਦੇ ਇਸ ਕੰਮ ਲਈ ਹੈ ਤੇ ਆਹ ਜਿਹੜਾ ਵਾ ਇਹ ਧਾਗਾ ਕੱਟਣ ਵਾਸਤੇ, ਜਿਹਦਾ ਹੁਣ ਆਹ ਵਧਿਆ ਹੋਇਆ ਨਾ ਧਾਗਾ, ਧਾਗਾ ਕੱਟੇ ਇਹਨੂੰ ਸਾਫ਼ ਕਰਨ ਵਾਸਤੇ ਨਾ ਇੱਥੋਂ। ਇਹ ਹੁਣ ਕਿੰਨੇ ਬਾਏ ਕਿੰਨੇ ਦੀ ਆ ਜਿਹੜਾ ਵਾ? ਹੈ ਵਾ ਤੇ 8 ਫੁੱਟ ਦੀ ਚੜਾਈ ਹੈ ਤੇ 10 ਫੁੱਟ ਦੀ ਲੰਬਾਈ ਹੈ। ਅੱਛਾ ਇਹ ਤੁਸੀਂ ਅਗਰ 8x10 ਦੀ ਕਿੰਨਾ ਟਾਈਮ ਤੁਹਾਨੂੰ ਇਹਨੂੰ ਲੱਗਦਾ ਵਾ ਪੱਟੀ ਨੂੰ ਬਣਾਉਣੇ? ਇਹਨੂੰ ਲੈਣ ਤਕਰੀਬਨ ਘੰਟਾ ਲੱਗ ਜਾਂਦਾ। ਅੱਛਾ 1 ਘੰਟੇ 'ਚ ਤਕਰੀਬਨ ਜਿਹੜਾ ਵਾ ਨਾ ਤੁਸੀਂ ਘੰਟਾ ਲੱਗ ਕਰ ਦਿੰਦੇ? ਅੱਛਾ ਸਾਈਟਾਂ 'ਤੇ ਅੱਛਾ ਕਾਨੇ ਹੀ ਆ? ਹਾਂਜੀ ਵਿੱਚ ਕਾਨੇ ਆ। ਹਾਂ ਠੀਕ ਹੈ। ਕਿੰਨਾ ਅਰਸਾ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ? ਇਹ ਮੇਰੇ ਵਾਲਾ ਸਾਹਿਬ ਦਾ ਕੰਮ ਹੈ। ਹਾਂ ਤੇ ਸਾਡਾ ਆਪਣਾ ਕੰਮ ਹੈ। ਹਾਂ ਤੇ ਤਕਰੀਬਨ 3-4 ਸਾਲ ਹੋ ਗਿਆ ਇਹੀ ਕੰਮ। ਅੱਛਾ ਪੜ੍ਹੇ ਕਿੰਨੇ ਆ ਤੁਸੀਂ? ਮੈਂ ਮੈਟ੍ਰਿਕ ਕੀਤੀ ਹੋਈ। ਲਓ ਜੀ ਮੈਟ੍ਰਿਕ ਕੀਤੀ ਹੋਈ ਆ ਤੇ ਹੁਣ ਆਪਣਾ ਕੰਮ ਆ, ਜ਼ਾਤੀ ਕੰਮ ਆ ਤੇ ਸਭ ਤੋਂ ਚੰਗਾ ਉਹੀ ਕੰਮ ਹੁੰਦਾ ਜਿਹੜਾ ਆਪਣਾ ਕੰਮ ਉਹਦੇ ਵਰਗੇ। ਮਾਸ਼ਾਅੱਲਾ ਇਹ ਜੀ ਤੁਸੀਂ ਅਸਲ ਕਮਾਈ ਇਹ ਆ ਤੁਹਾਡੀ ਜਿਹੜਾ ਵਾ ਨਾ ਕਿ ਇਹਨਾਂ ਨੂੰ ਤੁਸੀਂ ਦੀਨ ਵਾਲੇ ਪਾਸੇ ਵੀ ਜਿਹੜਾ ਦੁਨੀਆ ਤਾਂ ਹੈ ਬੜੀ। ਤੇ ਆਪਣੇ ਸੂਫੀ ਬਰਕਤ ਸਾਹਿਬ ਤੋਂ? ਹਾਂ। ਤੇ ਇਹ ਹੈ ਸੀ ਆਪਣਾ ਚਿੱਕ ਦਾ ਸਿਲਸਿਲਾ। ਅੱਛਾ ਇਹ ਮਿਲਦੀ ਕਿਤਨੇ ਦੀ ਹੈ ਜਿਹੜਾ ਵਾ? ਇਹ ਕਿੰਨੇ ਰੁਪਏ ਫੁੱਟ? ਇਹ 65 ਤੋਂ ਲਾ ਕੇ 80 ਰੁਪਏ ਫੁੱਟ ਤੱਕ ਅਸੀਂ ਦਿੰਦੇ ਹਾਂ। ਅੱਛਾ ਇਹ ਕੀ ਫਰਕ ਕੀ ਹੁੰਦਾ ਵਾ ਇਹਦੇ 65 ਵਾਲੀ ਕਿਹੜੀ ਆ ਤੇ 80 ਵਾਲੀ? ਇਹ ਫਰਕ ਇਹੀ ਹੁੰਦਾ ਵਾ ਕਿ ਵਿੱਚੋਂ ਕੁਛ ਦਰਵਾਜ਼ੇ ਰਖਾਉਂਦੇ ਆ, ਇਹੀ ਚਿੱਕਨ ਇਹਦੇ ਵਿੱਚੋਂ ਦਰਵਾਜ਼ਾ ਰੱਖਣਾ, ਉਹਦੀ ਮਜ਼ਦੂਰੀ ਵੀ ਡਬਲ ਹੋ ਜਾਣੀ ਆ, ਪੜਦੀ ਆ ਪੱਟੀ ਵੀ ਜ਼ਿਆਦਾ ਲੱਗਣੀ। ਅੱਛਾ 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 ਇਹਦੇ ਦਰਵਾਜ਼ੇ ਵੀ ਬਣ ਜਾਂਦੇ? ਦਰਵਾਜ਼ਾ ਵੀ ਰੱਖ ਹੋ ਜਾਂਦਾ। ਠੀਕ ਹੈ। ਉਹ ਅਸੀਂ 80 ਰੁਪਏ ਦਿੰਦੇ ਆ ਬਗੈਰ ਸਾਦੀ, ਬਿਲਕੁਲ ਉਹ ਅਸੀਂ 65 ਰੁਪਏ ਦਿੰਦੇ। 65 ਆਪਣਾ ਕੰਮ ਇਹੀ ਹੁੰਦਾ ਵਾ। ਤੇ ਇਹ ਸਾਡੀ ਸੀ ਅੱਜ ਦੀ ਵੀਡੀਓ ਤੇ ਹੁਣ ਚੱਲਦੇ ਆ, ਹੁਣ ਬਜ਼ੁਰਗਾਂ ਨਾਲ ਵੈਸੇ ਗੱਲ ਕਰਦੇ ਆ। ਲਓ ਜੀ ਅਸੀਂ ਆ ਗਏ ਆ ਕਾਰਖਾਨੇ ਚ। ਇਹ ਪਿੱਛੇ ਆ ਸਾਡਾ ਕਾਰਬਾਰ, ਇੱਥੇ ਕੰਮ ਸਾਡਾ ਹੁੰਦਾ, ਲੇਬਰ ਹੈ ਸਾਡੀ। ਪਹਿਲੇ ਤੁਹਾਨੂੰ ਦਿਖਾਈਆਂ ਸੀ ਅਸੀਂ ਕਿ ਸਫਾਂ ਕਿਸ ਤਰ੍ਹਾਂ ਬਣਦੀਆਂ ਵਾ। ਹਾਂਜੀ। ਤੇ ਹੁਣ ਦਿਖਾਉਂਦੇ ਆ ਇਹ ਪਏ ਹੋਏ ਨੇ ਕਾਨੇ। ਅੱਛਾ ਜੀ ਆਹ ਹੈਗਾ ਵਾ ਰਾ ਮਟੀਰੀਅਲ, ਬਿਲਕੁਲ ਕਾਨਾ ਸਾਫ ਸਾਦਾ। ਇਸ ਤੋਂ ਬਾਅਦ ਫਿਰ ਹੁੰਦੀ ਹੈ ਉਹ ਛਲਾਈ ਹੁੰਦੀ ਪਈ ਹੈ। ਅੱਛਾ ਮੈਂ ਗੱਲ ਪੁੱਛਣਾ, ਜਿਹੜਾ ਕਪੜਾ, ਹਾਂਜੀ ਅੱਗੇ ਤਾਂ ਅਸੀਂ ਸੁਣਦੇ ਸੀ ਵੀ ਇਹ ਲੱਗਦਾ ਪੈਰਾਸ਼ੂਟ, ਬਿਲਕੁਲ ਇਹ ਕਿਹੜਾ ਕਪੜਾ? ਇਹ ਹੈਗਾ ਵਾ ਇਹ ਟੈਂਟ ਵਾਲਾ ਕਪੜਾ, ਤੰਬੂਆਂ ਵਾਲਾ ਕਨਾਤਾ ਵਾਲਾ। ਅੱਛਾ ਤੇ ਉਹਦੇ ਤੇ ਇਹਦੇ ਚ ਕੀ ਫਰਕ ਆ? ਉਹ ਪੈਰਾਸ਼ੂਟ ਦਾ ਕਪੜਾ ਇੱਕ ਤੇ ਧੁੱਪ ਦੇ ਵਿੱਚ ਖਰਾਬ ਹੋ ਜਾਂਦਾ, ਬਾਰਿਸ਼ ਦੇ ਵਿੱਚ ਖਰਾਬ ਹੋ ਜਾਂਦਾ, ਤੇ ਇਹ 4-5 ਸਾਲ ਆਰਾਮ ਨਾਲ ਕੱਢ ਜਾਂਦਾ ਸਕੂਨ। ਇਹਨੂੰ ਕਹਿੰਦੇ ਵਾਟਰਪਰੂਫ ਕਰਨਾ ਹੋਵੇ ਤਾਂ? ਇਹ ਵਾਟਰਪਰੂਫ ਕਰਨਾ ਹੋਵੇ ਤੇ ਫਿਰ ਵਿੱਚ ਤੁਸੀਂ ਸਿਰਕੀਆਂ ਆਪਣੀਆਂ ਦੇ ਛਾਪਰ ਲਵਾ ਲਓ। ਅੱਛਾ ਹੇਠਾਂ ਛਾਪਰ ਲੱਗ ਜਾਂਦਾ। ਹਾਂਜੀ ਹਾਂ। ਲਓ ਜੀ ਆਹ ਕਪੜਾ। ਲਓ ਜੀ ਆਹ ਕਾਨੇ ਜਿਹੜੇ ਆ ਨਾ, ਅਗਰ ਅਸੀਂ ਤੁਸੀਂ ਬੁਰ ਦੇ ਹਿਸਾਬ ਨਾਲ ਦੇਖੋ ਨਾ, ਇਹ ਤਕਰੀਬਨ 14 ਫੁੱਟ ਤੋਂ ਉੱਚੀ ਹੋਣੇ, ਕਿਉਂਕਿ ਹਾਂਜੀ 14 ਫੁੱਟ 14 ਫੁੱਟ ਹੋਣਗੇ। ਤੇ ਅੱਛਾ ਇਹ ਤੁਸੀਂ ਬਣਾਉਂਦੇ ਆ ਜਿਹੜੀ ਚਿੱਕ ਬਣਾਉਂਦੇ ਆ, ਹਾਂਜੀ ਇਹਦੀ ਚੌੜਾਈ ਜ਼ਿਆਦਾ ਆ ਜਿਹੜੀ ਜ਼ਿਆਦਾ ਚੌੜੀਆਂ ਵਾ, ਇਹ ਕਿਤਨਾ ਚੌੜੀਆਂ ਵਾ? ਇਹ ਐਂਡ ਜਿਹੜਾ ਇਸ ਟਾਈਮ ਆਪਣੇ ਕੋਲ ਸਾਡੇ ਕੋਲ ਪਏ ਹੋਏ ਨੇ ਇਹ 12 ਫੁੱਟ ਦੇ ਨੇ। ਅੱਛਾ 12 ਫੁੱਟ ਦੀ, ਠੀਕ ਆ। ਤੇ ਅੱਛਾ ਇਹ ਕਾਨਾ ਕੱਚੇ ਆ ਕਿ ਪੱਕੇ ਆ? ਨਹੀਂ ਇਹ ਇਸ ਟਾਈਮ ਜਿਹੜਾ ਕਾਨਾ ਨਾ ਇਹ ਛਿੱਲਣ ਵਾਲਾ ਜਿਹੜਾ ਵਾ ਉਹ ਕੱਚਾ ਹੈ, ਜਦੋਂ ਛਿੱਲੇ ਹੋ ਜਾਂਦਾ ਵਾ ਸਾਫ਼ ਹੋ ਜਾਂਦਾ ਫਿਰ ਇਹ ਆਪਣਾ ਰੰਗ ਬਦਲ, ਫਿਰ ਉਹਦੇ 'ਚ ਰੰਗ ਅਸਲ ਆਪਣੇ ਅਸਲ ਰੰਗ। 2-4 ਦਿਨ ਇਸੇ ਤਰ੍ਹਾਂ ਰਹੇਗਾ
ਜਦੋਂ ਇਹਨੂੰ ਧੁੱਪ ਲੱਗਣੀ ਹੈ ਇਹਨੇ ਬਿਲਕੁਲ ਐਨ ਆਪਣਾ ਰੰਗ ਜਿਹੜਾ ਪੀਲਾ ਕਰ ਜਾਣਾ, ਸੁੱਕ ਜਾਏਗਾ। ਠੀਕ ਹੈ, ਅਤੇ ਇਹ ਤੁਹਾਡੇ ਕੋਲ ਲੇਬਰ ਬਣਾਉਂਦੀ ਹੈ? ਹਾਂਜੀ, ਆਹ ਸਾਡੇ ਕੋਲ ਬੰਦੇ ਨੇ ਲੇਬਰ ਬਣਾਉਂਦੀ ਹੈ। ਅੱਛਾ, ਕੁਛ ਸਾਡੀ ਲੇਬਰ ਪਿੱਛੇ ਜਿਹੜਾ ਕੰਨ ਸਾਡਾ ਨਹਿਰ ਕਟਾਈਏ ਉਹ ਕਟਾਈ ਤੇ ਗਈ। ਉਹ ਕਿੱਥੋਂ ਲਿਆਉਂਦੇ ਆ ਤੁਸੀਂ ਜਿਹੜਾ ਕੰਨ ਹੈ ਜਿਹੜੇ? ਅਸੀਂ ਨਹਿਰਾਂ ਖਰੀਦਦੇ ਗੌਰਮੈਂਟ ਕੋਲ। ਅੱਛਾ, ਗੌਰਮੈਂਟ ਕੋਲੋਂ, ਯਾਨੀ ਕਿ ਤੁਸੀਂ ਠੇਕੇ ਤੇ ਜਿਹੜਾ ਵਾ? ਠੇਕਾ ਗੌਰਮੈਂਟ ਕੋਲੋਂ ਲੈਂਦੇ ਸੀ। ਇਹ ਕਿੰਨੇ ਕੁ ਦਾ ਕੰਨ ਆ ਤੁਸੀਂ ਸਾਲ 'ਚ ਜਿਹੜਾ ਵਾ ਨਾ ਲੈਂਦੇ ਆ? ਇਹ ਤਕਰੀਬਨ 10 ਕੁ ਲੱਖ ਦਾ ਅਸੀਂ ਕਾਨਾ ਸਟਾਕ ਇੱਥੇ ਕਰੀਦਾ, ਫਿਰ ਜਾ ਕੇ ਜਦੋਂ ਸਾਰਾ ਸੀਜ਼ਨ ਤੁਹਾਡਾ ਜਿਹੜਾ ਨਾ ਪੂਰਾ ਸਾਰਾ ਗਰਮੀਆਂ ਸਾਡੇ ਕੋਲ ਚੱਲਦੀ ਹੈ। ਅੱਛਾ ਮਲਿਕ ਸਾਹਿਬ, ਇਹ ਜਿਹੜੀ ਇਹ 10 ਫੁੱਟ ਚੌੜੀ ਆ? ਹਾਂਜੀ। ਤੇ ਇਹ ਲੰਬੀ ਕਿਤਨੀ? ਇਹ ਲੰਬਾਈ 20 ਫੁੱਟ ਹੈ। 20 ਫੁੱਟ, ਤੇ ਇਹ 10 ਫੁੱਟ ਚੌੜੀ ਤੇ 20 ਫੁੱਟ ਲੰਬੀ, ਅਗਰ ਇੱਕ ਬੰਦਾ ਲੱਗੇ ਤੇ ਕਿੰਨੇ ਦਿਨਾਂ 'ਚ ਬਣਾਉਂਦਾ ਵਾ? ਇਹ ਦਿਨਾਂ ਦੇ ਵਿੱਚ ਨਹੀਂ ਬਣਾਉਂਦਾ, ਇਹ ਇੱਕ ਬੰਦਾ ਜਿਹੜਾ ਨਾ ਇਹਦੇ ਨਾਲ ਦੇ 4 ਬੰਡਲ ਦਿਹਾੜੀ 'ਚ ਬਣਾਉਂਦਾ। ਅੱਛਾ ਅੱਛਾ, 4 ਚਿੱਕਾਂ ਯਾਨੀ ਕਿ ਜਿਹੜੀਆਂ ਵਾ ਨਾ 4 ਪੀਸ ਜਿੱਦਾਂ 4 ਪੀਸ ਰੋਲ ਹੋਏ ਪਏ ਨਾ ਬੰਡਲ। ਅੱਛਾ, ਇਹ 4 ਬੰਡਲ ਇੱਕ ਬੰਦਾ ਇਹਨੂੰ ਇੱਕ ਦਿਨ 'ਚ ਤਿਆਰ ਕਰਦਾ। ਅੱਛਾ ਅੱਛਾ, ਇੱਕ ਬੰਦਾ ਉੱਥੇ ਛਲਾਈ ਕਰਦਾ ਇਹਦੀ, ਕਾਨੇ ਦੀ? ਹਾਂਜੀ, ਉਹ ਛਲਾਈ ਕਰਕੇ ਇੱਥੇ ਪਹੁੰਚਾਉਂਦਾ, ਇਹ ਬੰਦਾ ਫਿਰ ਬਣਾਉਂਦਾ। ਅੱਛਾ, ਇਹਨਾਂ ਨੂੰ ਤੁਸੀਂ ਦਿਹਾੜੀ ਤੇ ਇੱਕ ਠੇਕੇ ਤੇ ਕੰਮ ਕਰਦੇ? ਸਾਡਾ ਇਹਨਾਂ ਦੇ ਨਾਲ ਫੁੱਟਾਂ ਦਾ ਹਿਸਾਬ ਹੁੰਦਾ। ਫੁੱਟਾਂ ਦਾ ਹਿਸਾਬ ਹੁੰਦਾ, ਸਕੁਅਰ ਫੁੱਟ। ਅੱਛਾ, ਇਹ ਹੁਣ 10x20 ਵਾਲਾ 200 ਸਕੁਅਰ ਫੁੱਟ ਆ? ਇਹ 200 ਫੁੱਟ ਪਮੈਸ਼ ਬਣਦੀ ਆ। ਹਾਂ, ਤੇ ਇਹਦੀ ਕਿੰਨੀ ਯਾਨੀ ਕਿ ਜਿਹੜਾ ਵਾ ਮਜ਼ਦੂਰੀ ਹੁੰਦੀ ਆ? 200 ਫੁੱਟ ਇਹ 3 ਰੁਪਏ ਅਸੀਂ ਮਜ਼ਦੂਰੀ ਦੇ ਨਾਲ ਛਲਾਈ ਵੀ ਤੇ ਬਣਵਾਈ ਵੀ। ਬਣਵਾਈ ਵੀ? ਹਾਂਜੀ ਹਾਂ, ਇਹਦੇ 'ਚ ਯਾਨੀ ਕਿ 3 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ। 3 ਰੁਪਏ ਸਕੁਅਰ ਫੁੱਟ 200 ਨੂੰ ਤੁਸੀਂ ਜ਼ਰਬ ਦੇਣੀ ਹੈ 3 ਨਾਲ, ਯਾਨੀ ਕਿ 600 ਰੁਪਇਆ ਜਿਹੜਾ ਵਾ ਨਾ ਇਹਦੀ ਸਿਰਫ ਮਜ਼ਦੂਰੀ ਮਜ਼ਦੂਰੀ ਹੈ। ਇਹਦੇ 'ਚ ਧਾਗਾ ਵੀ ਸਾਡਾ, ਮਟੀਰੀਅਲ ਵੀ ਸਾਡਾ, ਨਹੀਂ ਉਹਨਾਂ ਦੇ ਵੀ ਤੁਹਾਡੇ, ਕਾਨਾ ਵੀ ਇਹਨਾਂ ਦਾ, ਧਾਗਾ ਵੀ ਇਹਨਾਂ ਦਾ, ਤੇ ਬਾਕੀ ਸਿਰਫ ਉਹਨਾਂ ਦੀ ਲੇਬਰ ਆ ਯਾਨੀ ਸਿਰਫ ਉਹਨਾਂ ਨੇ ਕੰਮ ਕਰਨਾ। ਤੁਹਾਡੇ ਕੋਲ ਕਿੰਨੇ ਕੁ ਬੰਦੇ ਕੰਮ ਕਰਦੇ ਆ? ਸਾਡੇ ਕੋਲ ਇਸ ਟਾਈਮ ਤਕਰੀਬਨ ਹੈ ਕੋਈ 10-12 ਬੰਦੇ। ਅੱਛਾ, ਵਿਦ ਫੈਮਿਲੀ? ਵਿਦ ਫੈਮਿਲੀ, ਯਾਨੀ ਕਿ 10-12 ਇੱਕ ਕਿਸਮ ਦੀ ਫੈਮਿਲੀਆਂ ਹੀ ਜਿਹੜਾ ਵਾ ਨਾ। ਤੇ ਉੱਥੋਂ ਕੁਛ ਬੰਦੇ ਉੱਥੋਂ ਕਾਨੇ ਵੱਢਦੇ ਆ? ਹਾਂਜੀ। ਤੇ ਫਿਰ ਲਿਆਉਂਦੇ ਕਿਸ ਚੀਜ਼ ਦੀਆਂ ਕਾਨੇ ਤੁਸੀਂ? ਟਰਾਲੀ ਟਰੈਕਟਰ ਤੇ ਲਿਆਉਂਦੇ, ਥੋੜੇ ਕਾਨੇ ਹੋਣ ਫਿਰ ਅਸੀਂ ਰਕਸ਼ਿਆਂ ਤੇ ਲਿਆਉਂਦੇ, ਨਹਿਰ ਤੋਂ ਹੀ ਜ਼ਿਆਦਾ ਨਹਿਰ ਤੋਂ ਲਿਆਉਣੇ। ਅੱਛਾ, ਤੇ ਅੱਛਾ ਇਹ ਜਿਹੜੀ 10x20 ਦੀ ਆ? ਹਾਂਜੀ। ਇਹ ਕਿੰਨੇ ਕੁ ਦੀ ਵਿਕਦੀ ਆ? ਇਹ ਅਸੀਂ 80 ਵੀ ਫੁੱਟਾਂ ਨਾਲ, ਇਹ ਪਿੱਛੋਂ ਵੀ ਅਸੀਂ ਫੁੱਟਾਂ ਨਾਲ, ਇੱਥੋਂ ਵੀ ਬਣਾਉਣੀ ਹੈ, ਅਸੀਂ ਅੱਗੇ ਵੀ ਫੁੱਟਾਂ ਦੇ ਨਾਲ ਹੀ ਵੇਚਣੀ ਆ। ਯਾਨੀ ਕਿ ਇਹ ਤੁਸੀਂ ਕਹੋ ਇਹ ਸਿਰਕੀ ਹੈ? ਹਾਂ, ਸਿਰਕੀ। ਜਿਹੜੇ ਪੋਲਟਰੀ ਫਾਰਮ ਨਹੀਂ ਸੀ ਬਣਦੇ? ਬਿਲਕੁਲ। ਉਹ ਹੁਣ ਤਾਂ ਕੋਸ਼ਿਸ਼ ਖਤਮ ਹੋ ਗਿਆ? ਨਹੀਂ, ਪਹਿਲਾਂ ਕੋਠਿਆਂ ਤੇ ਵੀ ਪੈਂਦੀ ਹੁੰਦੀ ਸੀ, ਹਾਲੇ ਵੀ ਧਾਰਾਂ ਢੂਰਾਂ ਤੇ ਪੈਂਦੀ ਆ, ਬਿਲਕੁਲ ਪੈਂਦੀ ਹੁੰਦੀ ਸੀ। ਮੈਂ ਉਹੀ ਪਾਈ ਹੈ ਛੱਤ। ਹਾਂ, ਤੇ ਇਹ ਮੈਂ ਇਹ ਪੁੱਛ ਰਿਹਾ ਸੀ ਕਿ ਇਹ ਕਿੰਨੇ ਸਕੁਅਰ ਕੇਸ ਫੁੱਟ ਦੇ ਹਿਸਾਬ ਨਾਲ ਤੁਸੀਂ ਜਿਹੜਾ ਨਾ ਦਿੰਦੇ ਆ? ਅਸੀਂ 13 ਰੁਪਏ ਵੇਚਦੇ ਆ, 14 ਰੁਪਏ ਵੇਚਦੇ ਆ। ਅੱਛਾ, ਠੀਕ। ਯਾਨੀ ਕਿ ਆਪਣਾ ਅਸੀਂ ਖਰਚਾ ਪਹਿਲਾਂ ਸਾਰਾ ਕੱਢ ਕੇ, ਉਹ ਖਰਚਾ ਵੀ, ਮਜ਼ਦੂਰੀ ਵੀ, ਸਾਰਾ ਕੁਝ, ਫਿਰ ਦੁਕਾਨ ਦਾ ਵੀ ਸਾਰਾ ਜਾਨੀ ਕਿ ਜਿਹੜਾ ਨਾ ਸਿਸਟਮ ਹੈ। ਤੇ ਲਓ ਜੀ, ਆਹ ਦੇਖੋ ਇਹ ਕਾਨੇ ਨਾ ਭਾਈ ਚੱਲ ਰਹੇ, ਇਸ ਤਰ੍ਹਾਂ ਛਲਾਈ ਹੁੰਦੀ ਹੈ। ਤੇ ਆ ਅੱਛਾ, ਇਹ ਕਟਰ ਆ ਮਸ਼ੀਨ ਦੀ? ਇਹ ਕਟਰ, ਇਹਦੇ ਨਾਲ ਪਮੈਸ਼ ਅਸੀਂ ਕਰਕੇ ਨਾ, ਹਾਂ ਹਾਂ, ਇਹ ਹੁਣ ਦੇਖੋ ਸਾਨੂੰ ਪਮੈਸ਼ ਚਾਹੀਦੀ 7 ਫੁੱਟ। ਹਾਂ ਹਾਂ, ਅਸੀਂ ਕੁਹਾੜੀ ਨਾਲ ਕੱਟਾਂਗੇ। ਹਾਂ ਹਾਂ, ਤੇ ਉਹ ਕੁਹਾੜੀ ਨਾਲ ਤੇ ਹੋ ਜਾਣਗੇ ਉੱਤੇ ਥੱਲੇ ਕਾਨੇ, ਇਹ ਹੋ ਜਾਣਗੇ। ਇਹ ਭਾਈ ਹੁਣਾਂ ਨੂੰ ਲਾਓ ਖਤਰਾ ਕਟਰ ਤੇ ਥੋੜਾ। ਹਾਂਜੀ, ਆ ਤਾਰੇ ਕੱਟ ਕੇ ਕਾਨੇ ਨਾ ਪਮੈਸ਼ ਤੇ ਦਿਖਾਈ। ਲਓ ਜੀ, ਹਰ ਚੀਜ਼ ਦੀ ਮਸ਼ੀਨ ਆ ਜਾਂਦੀ ਆ ਜਦੋਂ ਛੋਟੇ, ਜਿਸ ਤਰ੍ਹਾਂ ਗੰਡੇਰੀਆਂ ਬਣਾਉਣੇ ਦੀ ਮਸ਼ੀਨ ਆ, ਹੈ ਇਸ ਤਰ੍ਹਾਂ ਹੀ ਇਹ ਕਾਨੇ ਵੀ ਨਾ ਜਿਹੜਾ ਵਾ ਇਹ ਇਕੱਲਾ ਇਕੱਲਾ ਨਹੀਂ ਕੱਢਦੇ, ਇਹਨਾਂ ਕੋਲ ਆਪਣੀ ਮਸ਼ੀਨ। ਉਹਨਾਂ ਨੂੰ ਦੱਸੋ। ਤੇ ਇਹ ਜਿਸ ਵੀ ਸਾਈਜ਼ ਤੇ, ਅਗਰ ਕੋਈ 5 ਫੁੱਟ ਚੌੜੀ ਆ 5 ਫੁੱਟ ਦਾ ਕਾਨਾ ਇਹਨੇ ਕੱਟਣਾ, 6 ਫੁੱਟ ਚੌੜੀ ਆ 6 ਫੁੱਟ, ਜਿੰਨੇ ਵੀ ਯਾਨੀ ਕਿ ਚੌੜੀ ਆ ਉਸ ਹਿਸਾਬ ਸਿਰ ਇਹਨਾਂ ਨੇ ਨਾ। ਇੱਕ ਇਹ ਮਸ਼ੀਨ ਕਿਸ ਜਗ੍ਹਾ ਤੋਂ ਆਪ ਬਣਵਾਈ ਆ? ਇਹ ਆਪ ਹੀ ਤਿਆਰ ਕਰਵਾਈ ਹੈ। ਅੱਛਾ, ਇਹ ਤਾਂ ਸਮੁੰਦਰੀ? ਹਾਂਜੀ, ਸਮੁੰਦਰੀ। ਅੱਛਾ, ਠੀਕ। ਲਓ ਜੀ, ਆਹ ਜਿਹੜਾ ਨਾ ਦੇਖ ਲਓ, ਲਓ ਇਸ ਤਰ੍ਹਾਂ ਦੋ ਟੱਕ ਲੱਗੇ ਆ, ਤੇ ਇਹ ਜਿਹੜਾ ਨਾ
ਅਸੀਂ ਹੁਣ ਇਹਨੂੰ ਅਗਰ ਕੁਹਾੜੀ ਨਾ ਕੱਟੀਏ ਨਾ ਇੱਕ ਤਾਂ ਟਾਈਮ ਬਹੁਤ ਲੱਗਦਾ, ਨਹੀਂ ਨਹੀਂ ਉਹ ਨਾਲੇ ਫਿਰ ਇੱਕ ਹੋਰ ਬਰਾਬਰ ਨਹੀਂ ਕੱਟੇ, ਬਰਾਬਰ ਪੂਰੇ ਕੱਟੇ ਨਹੀਂ ਜਾਂਦੇ, ਕੱਲਾ ਕੱਲਾ ਕਾਨਾ ਫਿਰ ਜਿਹੜਾ ਨਾ ਉਹ ਫਿਰ ਕਾਨੇ ਵਿੱਚੋਂ ਫਿਸ ਵੀ ਜਾਂਦੇ ਆ। ਹਾਂਜੀ ਇਹਦੇ ਨਾਲ ਬਿਲਕੁਲ ਜਿਹੜਾ ਵਾ ਨਾ ਪੂਰੇ ਠੀਕ ਠੀਕ ਵੀ ਆ ਕਾਨਾ ਕਾਚਾ ਇਹ। ਹਾਂਜੀ ਬਿਲਕੁਲ ਹੈ, ਬਿਲਕੁਲ ਕਾਨਾ ਕਾਚਾ ਉਹ ਲਾਹੌਰ ਦੇ ਵਿੱਚ, ਲਾਹੌਰ ਹਾਂ ਬਣਾਉਣੇ ਵਾਲੀ ਜਿਹੜੀ ਹੈ ਨਾ ਇਹ ਤਾਂ ਗੱਲ ਉੱਥੇ ਖੜੇ ਹੋ ਕੇ ਕਰਦੇ ਆ ਨਾ ਕਿ ਜਿੱਥੇ ਬਣਾ ਰਹੇ ਸੀਂਦੇ ਆ। ਅੱਛਾ ਜੀ।